Assalamualaikum, welcome back. ਉਸਤਾਦ ਜੀ ਮੈਨੂੰ ਵਿੱਚੇ ਕਾਲ ਆਉਣ ਦੀ ਸੀ ਤੇ ਮੈਂ ਕਿਹਾ ਫਿਰ ਉਹ ਮੈਂ ਕੱਟ ਦਿੱਤਾ ਉਸਤਾਦ ਜੀ ਹੈਲੋ 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 ਵੈਲਕਮ ਬੈਕ ਸਰ ਕੈਸੇ ਹੈ ਅੱਲਾ ਕਾ ਸ਼ੁਕਰ ਹੈ ਨਾਜ਼ਰੀਨ ਆਈ ਲਵ ਯੂ ਆਈ ਮਿਸ ਯੂ ਮਾਸ਼ਾਅੱਲਾ ਦੋ ਪ੍ਰੋਗਰਾਮ ਇਹਨਾਂ ਨੇ ਕੀਤੇ ਪਿੱਛੋਂ ਇੱਕ ਪ੍ਰੋਗਰਾਮ ਇਹਨਾਂ ਨੇ ਕੀਤਾ ਕਿ ਸਾਨੂੰ ਖਾਣ ਨੂੰ ਨਹੀਂ ਲੱਭ ਰਿਹਾ ਇੱਥੋਂ ਕੁਛ ਝੂਠ ਬੋਲੋ 50,000 ਰੁਪਈਆ ਮੈਂ ਇਮਲੀ ਨੂੰ ਦੇ ਕੇ ਗਿਆ ਹਾਂਜੀ ਕਿ ਜੋ ਇਹ ਕਹਿਣ ਜਦੋਂ ਕਹਿਣ ਜਿੱਥੋਂ ਰੋਟੀ ਕਹਿਣ ਉੱਥੋਂ ਨਹੀਂ ਲਿਆ ਕੇ ਦੇਣੀ ਆਪਣੀ ਮਰਜ਼ੀ ਕਰਨੀ ਹੈ ਇਸ ਤੋਂ ਜ਼ਿਆਦਾ ਮੈਂ ਕੀ ਕਰਾਂ ਤੁਹਾਡੇ ਨਾਲ ਮੈਂ ਉਹਨੂੰ ਕਹਿ ਕੇ ਗਿਆ ਵੀ ਫੈਸਲ ਇਕੱਲਾ ਕਵੇ ਨਾ ਮੈਂ 10,000 'ਚ ਰੋਟੀ ਖਾਣੀ ਆ ਤੇ ਤੂੰ ਕਹਿਣਾ ਕਿ ਨਹੀਂ ਠੀਕ ਆ ਜੀ ਇਹ ਨੁੱਕਰ ਦੇ ਹੋਟਲ ਆ ਉਹਦੀ ਚਨਿਆਂ ਦੀ ਦਾਲ ਬਹੁਤ ਮਜ਼ੇਦਾਰ ਆ ਮੈਂ ਕਹਿੰਦਾ ਸੁਬਹ ਸ਼ਾਮ ਦੁਪਹਿਰ ਤਿੰਨ ਟਾਈਮ ਹੁੰਦਾ ਨਾ ਇਹ ਜਿਹੜਾ ਇੱਕ ਦੋਵੇ ਤੋਂ ਬਾਅਦ ਆਵੇ ਉਹਨੂੰ ਨੀ ਖਵਾਉਣੀ ਤੇ ਯਕੀਨਨ ਤੁਸੀਂ ਇੱਕ ਦਿਨ ਵੀ ਨੀ ਖਾਧੀ ਹੋਣੀ ਅਸੀਂ ਖਾਧੀ 50,000 ਰੁਪਏ ਉਹਨੂੰ ਮੈਂ ਦੇ ਕੇ ਗਿਆ ਤੇ ਮੈਨੂੰ ਲੱਗ ਰਿਹਾ ਕਿ ਅੱਜ ਮੈਂ ਆਇਆ ਤੇ ਅੱਜ ਉਹ ਛੁੱਟੀ ਤੇ ਆ ਉਹ ਗੈਪ ਆ ਤੇ ਮੈਨੂੰ ਲੱਗ ਰਿਹਾ ਕਿ ਤੁਹਾਡੀ ਉਹਨੇ ਸੇਵਾ ਜਿੰਨੀ ਕਰਨੀ ਕਰਨੀ ਉਹਨੇ ਮੇਰੀ ਬਹੁਤ ਅੱਛੀ ਕਰਨੀ ਮੈਨੂੰ ਹਿਸਾਬ ਲੱਗ ਰਿਹਾ ਕਿ ਅੱਜ ਫੌਰਨ ਉਹਨੂੰ ਕੰਮ ਪਿਆ ਕੋਈ ਤੇ ਗੈਪ ਆ ਤੇ ਮੈਂ ਸੋਚਿਆ ਸੀ ਜਾਂਦਿਆਂ ਹੀ ਕੰਮ ਅਜ਼ ਕੰਮ ਨਹੀਂ ਤੇ 46,000 ਰੁਪਏ ਦਾ ਤੇ ਕੋਲ ਹੀ ਹੋਣਾ ਜਿਸ ਹਿਸਾਬ ਨਾਲ ਤੁਸੀਂ ਖਿਦਮਤ ਕਰਾਈ ਹੈ ਨਹੀਂ 8,000-9,000 ਦੇ ਤੇ ਉਹ ਆਪ ਹੀ ਬਿਸਕੁਟ ਖਾ ਗਿਆ ਹੋਣਾ ਉਹ ਮੈਂ ਦੇਖ ਰਿਹਾ ਸੀ ਵੀਡੀਓ 'ਚ ਕਿ ਮੈਂ ਸੋਚ ਰਿਹਾ ਸੀ ਮੈਂ ਤੇ 50,000 ਫੜਾ ਕੇ ਆਇਆ ਤੇ ਉਹ ਇਕੱਲਾ ਹੀ ਜੇਬ ਭਰੀ ਆ ਉਹਨੇ ਤੇ ਖਾਈ ਜਾ ਰਿਹਾ ਚਲੋ ਤੁਸੀਂ ਉਹ ਮੈਨੂੰ ਦੱਸੋ ਕਿਹੜੀ ਲਿਸਟ ਬਣਾਈ ਕੋ ਹੈਗੇ ਪੈਸੇ ਪਾਏ ਨੇ ਮੈਂ ਤਾਬੇਦਾਰ ਆ ਸਾਰੀ ਲਿਸਟ ਬਣਾਈ ਸਾਰੀ ਇੱਥੋਂ ਪੜ ਲਓ ਉਸਤਾਦ ਜੀ ਦੇਖੋ ਉਸਤਾਦ ਜੀ ਮੁਸ਼ਤਰਕਾ ਜਿਹਾ ਖਰਚਾ ਕੀਤਾ ਸੀ ਖੋਲਦੇ ਪੂਰੀ ਖੋਲਦੇ ਭਾਈ ਮੇਰਾ ਤੇ ਨਾਰਮਲ ਹੀ ਆ ਭਾਵੇਂ ਉਹ ਖੁੱਲਿਆ ਹੀ ਨਹੀਂ ਹਲੇ ਪਰ ਅੱਗੇ ਵੀ ਖੋਲ ਦੇਣਾ ਯਾਰ ਸਾਰਾ ਹਿਸਾਬ ਅਗਲਿਆਂ ਨੂੰ ਪਤਾ ਹੋਵੇ ਮਾਲਕਾਂ ਨੂੰ ਕਿ ਯਾਰ ਜਿਹੜਾ ਸਮਾਨ ਲੱਗਿਆ ਵਾ ਜੋ ਚੀਜ਼ਾਂ ਲਈਆਂ ਵਾ ਇਹ ਅਸੀਂ ਕੋਈ ਅੱਲਾ ਵਾਸਤੇ ਥੋੜੀ ਇੱਥੇ ਕੰਮ ਕਰਨੇ ਪੈਸੇ ਲੱਗਦੇ ਨੇ ਭਾਈ ਉਸਤਾਦ ਜੀ ਇਹ ਦੇਖੋ ਨਾ ਅੱਜ ਜਿੱਦਣ ਤੁਸੀਂ ਗਏ ਸੀਗੇ ਉੱਥੋਂ ਆਓ ਨਾ ਹਾਂਜੀ ਇਹ ਉਸਤਾਦ ਜੀ ਇਹ ਖਰਚਾ ਜਿਹੜਾ ਵਾ ਟੋਟਲ ਲਿਖਿਆ ਹੋਇਆ ਵਾ ਠੀਕ ਹੈ ਤੁਹਾਨੂੰ ਤੁਸੀਂ ਕਿਹਾ ਸੀ ਨਾ ਇਮਲੀ ਨੇ ਸਾਨੂੰ ਕੋਈ ਨਹੀਂ ਤਾਵਨ ਕੀਤਾ ਇਹ ਫਿਰ ਅਸੀਂ ਆਪਣੀਆਂ ਤਨਖਾਹਾਂ 'ਚੋਂ ਲਾਏ ਨੇ ਉਸਤਾਦ ਜੀ ਮੈਨੂੰ ਸੁਣਾਓ ਪਾਠਿਆ ਜੀ ਪਹਿਲੇ ਤੁਸੀਂ ਸੁਣਾਓ ਪੜ੍ਹ ਕੇ ਕੀ ਕੀ ਕੀਤਾ ਤੁਸੀਂ ਉਸਤਾਦ ਜੀ ਇਹ ਜਿਹੜਾ ਵਾ ਅਸੀਂ ਪਹਿਲਾਂ ਸਭ ਤੋਂ ਵਾਸ਼ਰੂਮ ਲਈ ਤੇ ਸਾਰਾ ਸਾਬਣ ਸਰਫ ਲਿਆਂਦਾ ਇੱਥੇ ਧੋਤਾ ਪੂਰਾ ਜਿਹੜਾ ਵਾ ਦਫ਼ਤਰ ਜਿਹੜਾ ਵੈਪਰ ਵੀ ਵਿੱਚ ਵਾ ਪਹਿਲੇ ਵੈਪਰ ਟੁੱਟ ਗਏ ਸੀ ਉਹ ਇਮਲੀ ਤੇ ਅਬਾਸ ਲੜ ਪਏ ਸੀ ਇਹਨਾਂ ਨੇ ਤੋੜ ਦਿੱਤੇ ਉਹ ਫਿਰ ਵੈਪਰ ਲਿਆਂਦੇ ਫਿਰ ਉਸਤਾਦ ਜੀ ਇਹਦੇ ਤੇ ਲਿਖਿਆ ਵਾ ਫਲ ਫਰੂਟ ਵੀ ਉਸਤਾਦ ਜੀ ਆ ਤਕਰੀਬਨ ਹੈ ਨਾ ਉਸਤਾਦ ਜੀ ਮੈਂ ਬੜੀ ਡੋਰ ਤੋਂ ਖਰਚਾ ਫੜਿਆ ਜੀ ਇਹ ਸੁਣ ਲਓ ਉਸਤਾਦ ਜੀ 1400 ਰੁਪਏ ਦਾ ਫਰੂਟ ਲੱਗਾ ਵਾ ਫਰੂਟ ਕਿੱਥੇ ਲੱਗਾ ਵਾ 1400 ਦਾ ਫਰੂਟ ਕਿੱਥੇ ਲੱਗ ਗਿਆ ਫਰੂਟ ਕੇਕ ਭਾਣ ਉਹ ਮਹਿਮਾਨ 1400 ਦਾ ਫਰੂਟ ਉਸਤਾਦ ਜੀ ਉਹ ਘਰ ਲੈ ਕੇ ਗਿਆ ਸੀ ਉਹ ਕੌਣ ਮੈਂ ਤੇ ਉਹ ਮੈਂ ਕਾਹਦੇ ਦੇਣੇ ਆ ਉਸਤਾਦ ਜੀ ਜਾਣਦਿਆ ਕਰੋ ਅੰਮੀ ਮੇਰੀ ਇੰਨੀ ਪਰੇਸ਼ਾਨ ਵੀ ਜਾਨੀ ਪੁੱਤ ਚਲਾ ਗਿਆ ਵਾ ਤੇ ਉਹਨੂੰ ਵਿਚਾਰੇ ਨੂੰ ਲਿਆਓ ਬੁਲਾਓ ਉਹਨੂੰ ਰਾਤ ਦਿਨ ਉਸਤਾਦ ਜੀ ਰੋ ਰੋ ਕੇ ਦਿਲ ਕਮਲੀ ਵਿਚਾਰੀ ਆਪਣਾ ਐਡਾ ਕੁ ਦਿਲ ਕਾ ਮਾਂ ਉਹਨਾਂ ਨੇ ਬਹੁਤ ਯਾਦ ਕੀਤਾ ਤਾਂ ਨਹੀਂ ਤੇ ਫਰੂਟ ਤੇ ਮੈਂ ਕਾਹਦੇ ਪੈਸੇ ਦੇਣੇ ਤੇ ਅੰਮੀ ਤਾਂ ਦਿਲ ਘਬਰਾਉਣ ਡਿਆ ਸੀ ਅੰਮੀ ਨੇ ਕਿਹਾ ਜਾਨੀ ਨੂੰ ਬੁਲਾਓ ਜਾਂ ਫਰੂਟ ਲਿਆ ਕੇ ਤੇ ਮੈਨੂੰ ਖਾਣ ਨੂੰ ਕੁਛ ਤਾਂ ਜੀ ਗੱਲ ਨੂੰ ਖੁਦਾ ਨਾ ਖਾਸ ਤੇ ਉਹ ਮੈਂ ਉਹ ਮੇਰੇ ਪੱਲੇ ਆ ਤੇ ਹੋਰ ਕਿਹਨੇ ਪੱਲੇ ਆ ਜਿਹੜੀ ਮੇਰੀ ਮਾਂ ਨੂੰ ਕੁਛ ਹੋ ਜਾਂਦਾ ਤੇ ਫੇਰ ਤੁਹਾਡੀ ਮਾਂ ਮਾਂ ਤਰ੍ਹਾਂ ਉਸਤਾਦ ਜੀ ਇਹ ਕਿੱਦਾਂ ਦੀ ਗੱਲ ਨਾਲੇ ਉਸਤਾਦ ਜੀ ਆਹ ਦੇ ਫੜੇ ਹੀ ਨੀਗਾ ਤੁਸੀਂ ਆਹ ਬੱਚਿਆਂ ਨੂੰ ਮੈਂ ਕਰਾਚੀ ਦੀਆਂ ਟਿਕਟਾਂ ਕਰਾ ਕੇ ਦਿੱਤੀਆਂ ਸੀ ਉਦਾਸ ਹੋਏ ਸੀਗੇ ਨਹੀਂ ਤੇ ਮੇਰੇ ਖਾਤੇ ਕਾਹਤੋਂ ਪਾ ਰਿਹਾ ਤੂੰ ਉਸਤਾਦ ਜੀ ਮੇਰੇ ਕਿਹੜਾ ਉਹ ਮਤਲਬ ਘਰ ਦੇ ਬਾਹਰ ਗੰਦ ਪਾਉਂਦੇ ਸੀ ਵੀ ਮੈਂ ਉਹਨਾਂ ਨੂੰ ਕਰਾਚੀ ਭੇਜਤਾ ਉਸਤਾਦ ਜੀ ਤੁਸੀਂ ਮੇਰੇ ਬਜ਼ੁਰਗ ਹੋ ਬਾਪ ਹੋ ਨਹੀਂ ਮੈਂ ਤੇਰਾ ਬਜ਼ੁਰਗ ਹਾਂ ਲੇਕਿਨ ਠੀਕ ਹੈ ਆਪ ਬੇਗਮ ਤੂੰ ਕਰਾਚੀ ਉਹਨਾਂ ਨੂੰ ਬੱਚਿਆਂ ਨੂੰ ਤੂੰ ਭੇਜਿਆ ਮੇਰੀਆਂ ਟਿਕਟਾਂ ਕਾਹਦੀਆਂ ਮੇਰੇ ਕਾਹਦੇ ਉਹ ਦੱਸਣਾ ਮੈਂ ਦੱਸਣਾ ਉਸਤਾਦ ਜੀ ਜਦੋਂ ਬੱਚੇ ਇੱਥੇ ਸੀ ਨਾ ਉਹ ਡੇਲੀ ਕਹਿੰਦੇ ਸੀ ਜਾਨੀ ਅੰਕਲ ਸੇ ਮਿਲਣਾ ਜਾਨੀ ਅੰਕਲ ਸੇ ਜ਼ਿੱਦ ਕਰਕੇ ਪਾਗਲ ਹੋ ਗਏ ਇੱਥੇ 7 ਗੇੜੇ ਲੈ ਕੇ ਆਇਆ ਰਕਸ਼ੇ ਕਰਾ ਕਰਾ ਮੈਂ ਕਿਹਾ ਚਲੋ ਆਊਟਿੰਗ ਤੇ ਚਲੇ ਜਾਣਗੇ ਇਹਨਾਂ ਨੇ ਫਿਰ ਉਹ ਡਿਪਰੈਸ਼ਨ ਹੋ ਗਿਆ ਬੱਚਿਆਂ ਨੂੰ ਪਰੇਸ਼ਾਨ ਹੋ ਗਿਆ ਕਹਿੰਦੇ ਜਾਨੀ ਅੰਕਲ ਨਹੀਂ ਮਿਲੇਗੇ ਤਾਂ ਹਮ ਐਸੇ ਸਕੂਲ ਵੀ ਨਹੀਂ ਜਾਏਗੇ ਇਹਨੇ ਕਰਾਚੀ ਭੇਜਤਾ
ਕਰਤਾ ਬੇਗਮ ਨੂੰ ਮੈਂ ਚਿੱਟਾ ਸੂਟ ਲੈ ਕੇ ਦਿੱਤਾ ਸੀ ਉਸਤਾਦ ਜੀ ਹਾਂਜੀ ਤੁਹਾਡੇ ਸੋਗ ਦੇ ਵਿੱਚ ਉਸਤਾਦ ਜੀ 1900 ਦਾ ਹਾਂਜੀ ਉਸਤਾਦ ਜੀ ਇਹ ਜ਼ਿਆਦਾ ਇਹ ਪਿਓਰ ਚਿੱਟਾ ਨਹੀਂ ਹੋਣਾ ਨਹੀਂ ਨਹੀਂ ਉਸਤਾਦ ਜੀ 1900 ਵਾਲਾ ਵਾ ਦਰਮਿਆਨਾ ਜਿਹਾ ਚਿੱਟਾ ਹੁੰਦਾ ਉਸਤਾਦ ਜੀ ਇਹ ਦੇਖੋ ਨਾ 2000 ਦੀ ਕਢਾਈ ਤੇ 2500 ਰੁਪਏ ਸਿਲਾਈ ਇਹ ਮੈਂ ਕਾਹਤੋਂ ਦੇਣਾ ਉਸਤਾਦ ਜੀ ਤੁਹਾਡੇ ਕੰਮ 'ਚ ਚਿੱਟਾ ਸੂਟ ਪਾਇਆ ਸੀ ਉਹਨੇ लेकिन मेरे खर्चे तो कहदा चिट्टा सूट अफरीदी मेनू दफ्तर का खर्चा दसो तुसी फिर दफ्तर दे उस्ताद जी अफरीदी बेगम इत्थे आई सी ਉਹਨੇ ਚੱਪਲਾਂ ਲਈਆਂ ਸੀਗੀਆਂ ਇਹ ਦੋ ਚੱਪਲਾਂ ਲਈਆਂ ਇੱਕ ਪੰਪੀ ਲਈ ਸੀਗੀ ਹਾਂਜੀ ਇਹ ਨਾਲ ਕਹਿੰਦੀ ਜੋਗਰ ਮੈਂ ਵਾਕ ਕਰਿਆ ਕਰਨੇ ਨੇ ਹਾਂਜੀ ਉਹ ਜਿਹੜਾ ਗੇਟ ਨਹੀਂ ਹੈਗਾ ਉਹ ਕੁੰਡੇ ਬਾਹਰ ਜਿਹੜੇ ਉਹਦੇ ਵਿੱਚ ਵੱਜ ਕੇ ਚੱਪਲ ਟੁੱਟ ਗਈ ਉਹਦੀ ਜੁੱਤੀ ਫਿਰ ਬਾਅਦ ਦੇ ਵਿੱਚ ਉਹਨੂੰ ਲੈ ਕੇ ਘਰ ਨਹੀਂ ਸੀ ਜਾਣਾ ਨੰਗੇ ਪੈਰੀ ਲੈ ਕੇ ਜਾਂਦਾ ਨਹੀਂ ਉਹ ਠੀਕ ਆ ਇੱਥੇ ਕੀ ਕਰਨ ਆਈ ਉਹ ਮੈਂ ਮੇਰਾ ਕਹਿੰਦਾ ਸਿਰ ਪੀੜਾ ਉਹ ਮਾਂ ਪਿਓ ਨੂੰ ਮਿਲਣ ਧੀਆਂ ਨਹੀਂ ਆਉਂਦੀਆਂ ਉਹ ਤੁਹਾਨੂੰ ਨਹੀਂ ਮਿਲਣਾ ਤੇ ਕਿੰਨੂੰ ਮਿਲਣਾ ਉਸਤਾਦ ਜੀ ਕਿੰਨੂੰ ਮਿਲਣਾ ਉਸਤਾਦ ਜੀ ਨਹੀਂ ਆ ਵੀਡੀਓ ਖਰਚਾ ਕਾਦਾ ਵੀਡੀਓ ਕੀ ਕੀਤਾ ਉਸਤਾਦ ਜੀ ਅੱਜ ਜਦੋਂ ਅਸੀਂ ਇਤਜਾਜ ਵਾਲਾ ਸ਼ੋਅ ਨਹੀਂ ਸੀ ਕੀਤਾ ਅਫਰੀਦ ਭਾਈ ਦੇ ਯਾਰ ਹੈਗੇ ਨੇ ਉਹ ਬਾਹਰੋਂ ਉਹਨੂੰ 2500 ਦਿੱਤਾ ਸੀਗਾ ਕਾਦਾ ਉਹ ਵੀਡੀਓ ਬਣਾ ਕੇ ਦਿੱਤੀ ਸੀਗੀ ਜਾਨੀ ਸਾਹਿਬ ਮਾਰਨਾ ਨਾ ਇਹ ਪੈਸੇ ਦੇ ਕੇ ਵੀਡੀਓ ਬਣਵਾਈਆਂ ਉਹ ਜਿਹੜੀਆਂ ਲੋਕੀ ਕਹਿ ਰਹੇ ਨੇ ਮਾਰਿਆ ਨਾ ਕਰੋ ਉਹ ਢੇਰ ਹੀ ਜਿਹੜਾ ਮੈਨੂੰ ਸੈਂਡ ਕੀਤਾ ਸੀ ਆਹੋ ਆਹੋ ਲੱਖ ਲਾਨਤ ਤੇਰੇ ਮਕਤਬਾ ਫਿਕਰ ਤੇ ਬੈਠੇ ਉਹ ਤੂੰ ਆ ਗੱਲਾਂ ਬਲਾ ਤੇ ਤੂੰ ਇਹਦੇ ਕਿ ਤੂੰ ਲਿਖ ਲਿਆ ਕਿ ਉਹਨਾਂ ਨੂੰ ਤੂੰ ਕਿਹਾ ਸੀ ਵੀ ਲਹਿਦਾ ਕਹਿ ਦੇਵੀਂ ਤੇ ਉਹਨਾਂ ਨੂੰ ਲਹਿਦਾ ਪੇਮੈਂਟ ਕਰ ਦੇਾਂਗੇ ਚਲ ਠੀਕ ਉਸਤਾਦ ਜੀ ਇਹ ਹਨਾ ਫਰੀਦ ਦੇ ਉਹ ਮਾਂ ਉਹਨਾਂ ਨੂੰ ਜਿਹੜੀ ਮਾਂ ਉਹਨਾਂ ਨੂੰ ਬਿਠਾ ਕੇ ਤੂੰ ਕਿਹਾ ਸੀ ਵੀ ਮਾਂ ਜੀ ਵੀਡੀਓ ਬਣਾ ਦਿਓ ਉਹਨਾਂ ਨੇ ਪੈਸੇ ਦਿੱਤੇ ਉਹਨਾਂ ਨੇ ਕਿਹਾ ਨਹੀਂ ਤੂੰ ਆਪਣੀ ਖੁਸ਼ੀ ਨਾਲ ਮੈਂ ਉਹਨਾਂ ਨੂੰ ਜੋ ਮਰਜ਼ੀ ਕਰ ਲਾਂ ਤੂੰ ਰਾਸ਼ਨ ਦਾ ਆਟੇ ਦਾ ਉਹਨੂੰ ਕਿਹਾ ਕਿ ਮਾਂ ਜੀ ਤੁਹਾਨੂੰ ਮੈਂ ਨਹੀਂ ਕਿਹਾ ਯਾਰ ਤਨਖਾਹ ਦੇ ਉਸਤਾਦ ਜੀ ਨੇ ਕਿਹਾ ਕਿ ਉਸਤਾਦ ਜੀ ਨੇ ਪੈਸੇ ਜਿਹੜੇ ਸਾਰਿਆਂ ਨੂੰ ਕੱਢ ਦੇਣੇ ਨਾ ਉਹ ਜਿਹੜਾ ਦਿੰਦੇ ਆ ਤੁਸੀਂ ਲੋਕਾਂ ਨੂੰ ਕਹਿੰਦਾ ਮੈਂ ਉਹਦੇ ਚੋਂ ਪੈਸੇ ਲੈ ਕੇ ਦੇਵਾਂਗੇ ਤਨਖਾਹ ਉਹਦਾ ਰਾਸ਼ਨ ਦਾ ਤੂੰ ਮਾਂ ਉਹਨਾਂ ਕੋ ਵੀਡੀਓ ਬਣਵਾ ਚਾਹ ਜਿੰਨੀਆਂ ਵੀਡੀਓ ਬਣਵਾਈਆਂ ਨੇ ਇਹਨੇ ਬਣਵਾਈਆਂ ਉਸਤਾਦ ਜੀ ਜ਼ਿਆਦਾ ਇਹਨੇ ਬਣਵਾਈਆਂ ਮੇਰੀਆਂ ਕਾਰਨ ਨੇ ਮੇਰੀਆਂ ਜਿੰਦਰ ਉਹ ਜਿਹੜਾ ਕੀ ਨਾਮ ਆ ਉਹ ਜਿਹੜਾ ਮੁੰਡਾ ਆ ਇੰਡੀਆ ਵਾਲਾ ਉਹ ਜਿਤੇਂਦਰ ਉਹ ਨਹੀਂ ਯਾਰ ਜਿੰਨਾ ਆਪਣਾ ਹਰਨੂਰ ਹਰਨੂਰ ਭਾਈ ਹਰਨੂਰ ਨੂੰ ਉਸਤਾਦ ਜੀ ਨੇ ਐਨਕ ਦਾ ਕਿਹਾ ਕਹਿੰਦੇ ਤੇਰੇ ਮੂੰਹ ਵਾਲੀ ਐਨਕ ਨਹੀਂ ਹੈਗੀ ਪੂਰੇ ਪਾਕਿਸਤਾਨ ਚ ਇੰਡੀਆ ਚ ਉਹਨੂੰ ਵੱਡੀ ਐਨਕ ਦਾ ਉਸਤਾਦ ਜੀ ਨੇ ਕਿਹਾ ਕਿ ਮੈਂ ਬਣਵਾ ਉਹ ਐਨਕ ਜਿਹੜੀ ਨਹੀਂ ਉਹ ਖੋਤਿਆਂ ਦੇ ਅੱਗੇ ਉਹਨੂੰ ਵੀ ਐਨਕ ਕਹਿੰਦੇ ਆ ਆਹੋ ਉਹ ਉਹਦੇ ਪੂਰੇ ਆ ਜਾਣੀ ਅੱਛਾ ਤੇ ਨਾਲੇ ਉਸਤਾਦ ਜੀ ਇਹ ਫਰੀਦ ਦੀ ਗੱਡੀ ਨੂੰ ਹੁਣ ਨਵੇਂ ਟੈਟੂ ਪਵਾਏ ਸੀਗੇ ਨਵੀਂ ਗੱਡੀ ਟੈਟੂ ਕਾਹਤੋਂ ਪਵਾ ਲੇ ਉਹ ਬੜੀ ਨਵੀਂ ਕਿਤੇ ਬਹੁਤ ਨਵੀਂ ਉੱਡਣ ਢਈ ਆ ਗੱਡੀਆਂ ਕਸਦੀਆਂ ਨਹੀਂ ਹੈਗੀਆਂ ਦਫ਼ਤਰਾਂ 'ਚ ਆ ਕੇ ਕਿੰਨੀਆਂ ਜ਼ਿੰਮੇਵਾਰੀਆਂ ਵਾ ਦਸਾਂ ਦਿਨਾਂ 'ਚ ਘੱਸ ਗਈ ਹੈ ਤੇ 10 ਦਿਨਾਂ 'ਚ ਘੱਸ ਗਈ ਉਹ ਥੱਲਿਓਂ ਵੇਖੋ ਗੱਡੀ ਬਿਲਕੁਲ ਹੀ ਯਾਰ 10000 ਤੂੰ ਵੀ ਤੇਰੇ ਮੂੰਹ ਤੇ ਨੂਰ ਕਿੰਨਾ ਦੱਸਦਾ ਕਿਉਂ ਨਹੀਂ ਮੇਰੇ ਆਪਣੇ ਖਰਚੇ ਆ ਵੇਖ ਇਹਦਾ ਠੀਕ ਹੈ ਇੰਨਾ ਮੈਂ ਦਫ਼ਤਰੀ ਖਰਚੇ ਕੀਤੇ ਮੈਂ ਨਜਾਇਜ਼ ਨਹੀਂ ਕੀਤੇ ਆ ਠੀਕ ਸਾਡੇ ਤੋਂ ਬਹੁਤਾ ਜੀ ਲਿਆਓ ਮੈਂ ਆਪ ਪੜ੍ਹ ਕੇ ਸੁਣਾਣਾ ਮੇਰੇ ਵਾਹ ਵੀ ਵਾਹ ਪਰਚੀ ਛੋਟੀ ਦਰਸ਼ਨ ਵੱਡੇ ਮੇਰੇ ਮੌਲਾ ਤੋਂ ਉਹਨਾਂ ਅੱਛਾ ਜੀ ਸਾਡਾ ਕਹਿੰਦੇ ਮੈਂ مشورہ ਕਰ ਲੈਂਦਾ ਨਿਕਲ ਲੱਗਿਆ ਤੁਹਾਨੂੰ ਅੱਛਾ ਉਸਤਾਦ ਜੀ ਆ ਵੇਖੋ ਜਿਹੜਾ ਅਫਰੀਦ ਦੀਆਂ ਨਾ ਉਹ ਬ੍ਰੇਕਾਂ ਦਾ ਰੋਲਾ ਸੀਗਾ ਕਿਉਂਕਿ ਅਸੀਂ ਨਾ ਉਸਤਾਦ ਜੀ ਅੱਜ ਕੱਲ੍ਹ ਦਫ਼ਤਰ ਜਲਦੀ ਆ ਰਹੇ ਹਾਂ ਬ੍ਰੇਕਾਂ ਵੀ ਘਸ ਗਈਆਂ ਟਾਇਰ ਵੀ ਘਸ ਗਏ ਠੀਕ ਹੈ ਕਿਉਂਕਿ ਅਸੀਂ ਸਾਨੂੰ ਸੀ ਕੋਈ ਇਤਰਾਜ਼ ਸਾਨੂੰ ਐਸੀ ਕਿ ਯਾਰ ਉਸਤਾਦ ਜੀ ਨਾ ਬੋਲਣ ਕੇ ਲੇਟ ਕਿਉਂ ਆਉਂਦੇ ਅਸੀਂ ਤਾਂ ਕਰਕੇ ਗੱਡੀ ਤੇਜ਼ ਚਲਾਉਂਦਾ ਸੀ ਟਾਇਰ ਘਸ ਗਏ ਭਾਜੀ ਤੁਸੀਂ ਜੋ ਖਾਦਾ ਪੀਤਾ ਨਾ ਇੱਥੇ ਮੈਂ ਉਹਦੇ ਪੈਸੇ ਦੇਣੇ ਨਹੀਂ ਉਸਤਾਦ ਜੀ ਨਹੀਂ ਜਿਹੜਾ ਅਸੂਲਣ ਤੁਸੀਂ ਇੰਨੇ ਦਿਨ ਲੋਕ ਸੁਣਦੇ ਆਫੀਸ਼ੀਅਲੀ ਵਰਕ ਜਿਹੜੇ ਹੁੰਦੇ ਨੇ ਨਾ ਗੱਡੀ ਖਰਾਬ ਹੋ ਜਾਂਦੀ ਆਫਿਸ ਦਾ ਕੰਮ ਹੈ ਆਫਿਸ ਦਾ ਕੰਮ ਹੈ ਸਾਡੇ ਘਰ ਪ੍ਰੋਬਲਮ ਕਹਿੰਦੇ ਆਫਿਸ ਦਾ ਕੰਮ ਹੈ ਮੇਰੀ ਮਾਂ ਜੀ ਦੇ ਦਿਲ ਨੂੰ ਕੁਝ ਹੁੰਦਾ ਤੁਹਾਡੀ ਵਜ੍ਹਾ ਤੋਂ ਆਫਿਸ ਦਾ ਕਿਹੜਾ ਕੰਮ ਆ ਉਹ ਤੇ ਮਾਂ ਤੁਹਾਡੇ ਨਾਲ ਪਿਆਰ ਕਰਦੀ ਆਫਿਸ ਇੰਨੀਆਂ ਮਾਵਾਂ ਪਿਆਰ ਕਰਦੀਆਂ ਵਾ ਤੇ ਉਹਨਾਂ ਨੂੰ ਕੁਝ ਹੋ ਜਾਵੇ ਉਹਨਾਂ ਦੇ ਦਿਲਾਂ ਨੂੰ ਜਾਣੀ ਨਹੀਂ ਹੈਗਾ ਉਹਨਾਂ ਮਾਵਾਂ ਦੇ ਦਿਲਾਂ ਨੂੰ ਪੁੱਛੋ ਉਹ ਸਾਰੀਆਂ ਮਾਵਾਂ ਨੇ ਫਰੂਟ ਮੇਰੇ ਪੱਲਿਓਂ ਖਾਣਾ ਵਾ ਤੇ ਫਰੂਟ ਕਿੰਨਾ ਕੁ ਉੱਥੇ ਲੱਗ ਜੇਗਾ 2-4 ਲੱਖ ਦਾ ਫਰੂਟ ਲੱਗ ਜੂ ਉਸਤਾਦ ਜੀ ਆ ਵੇਖੋ ਛੱਡ ਦਿਓ ਯਾਰ ਨਾ ਫਰੀਦ ਯਾਰ ਕੀ ਯਾਰ ਜਾਉਣਾ ਉਸਤਾਦ ਜੀ ਇਹ ਦੇਸੀ ਘਿਓ ਲਾਂਦਾ ਸੀ 4 ਕਿਲੋ 2 ਕਿਲੋ ਇੱਥੇ ਰੱਖਤਾ ਸੀਗਾ ਬਾਕੀ ਸੀ ਖਾਦਾ ਇੱਥੇ ਉਹ ਵੀ ਦਫ਼ਤਰ ਦੇ ਵਿੱਚ ਹੀ ਆ ਰਿਹਾ ਐਡਾ ਕਿਹੜੀ ਤੁਹਾਨੂੰ ਕਮਜ਼ੋਰੀ ਫੀਲ ਹੋ ਰਹੀ ਸੀ ਵੀ ਤੁਸੀਂ 4 ਕਿਲੋ ਦੇਸੀ ਘਿਓ ਹੈ ਤੇ ਉਹਦਾ ਦੇ ਉਦਾਂ ਹੀ ਮੈਨੂੰ ਤਾਂ ਲੱਗਦਾ ਇਹਨਾਂ ਚੋਂ ਪਹਿਲਾਂ ਵੀ ਕੱਢ ਲਿਆ ਤੂੰ ਪਤਾ ਕੀ ਗੱਲ ਅਸੀਂ ਆਪਣੇ ਜੇ ਟਾਈਮ ਤੇ ਰਹੀਏ ਨਾ ਤੇ ਰੋਟੀ ਘਰੋਂ ਖਾ ਕੇ ਆਨੇ ਆ ਲੇਕਿਨ ਕਿਉਂਕਿ ਅਸੀਂ ਦਫ਼ਤਰ ਅੱਜ ਕੱਲ ਜਲਦੀ ਆ ਰਹੇ ਤੇ ਇੱਥੋਂ ਹੀ ਆ ਕੇ ਖਾਣੇ ਅੱਛਾ ਕੈਸੀ ਮੇਰੀ ਬਦਕਿਸਮਤੀ ਹੈ ਜਦੋਂ ਮੈਂ ਇੱਥੇ ਹੈ ਨਹੀਂ ਉਦੋਂ ਤੁਸੀਂ ਜਲਦੀ ਆ ਰਹੇ ਤੇ ਦੇਸੀ ਘਿਓ ਕਾਤੋਂ ਖਾ ਜਲਦੀ ਆਉਣਾ ਦੇਸੀ ਨਜ਼ਰ ਕਮਜ਼ੋਰ ਹੁੰਦੀ ਬੜਾ ਦੇਸੀ ਘਿਓ ਤੁਹਾਡੇ ਤੋਂ ਬਗੈਰ ਇੱਥੇ ਸ਼ੋਅ ਇੱਥੇ ਨਹੀਂ ਨਹੀਂ ਛੇਤੀ ਆਉਣਾ ਕੀ ਕਮਜ਼ੋਰੀ ਹੁੰਦੀ ਹੈ ਜਿਹੜਾ ਤੋਂ ਆਉਂਦੇ ਆ ਦੇਸੀ ਘਿਓ ਖਾ ਰਹੇ ਆ ਨਹੀਂ ਤੇ ਨਾਸ਼ਤਾ ਜਦੋਂ ਅਸੀਂ ਘਰੋਂ ਨਹੀਂ ਕਰਕੇ ਆਣਾ ਤੇ ਇੱਥੋਂ ਹੀ ਕਰਨਾ ਸੀ 12 ਇੱਕ ਵੇ ਨਾਲ ਦੇਸੀ ਘਿਓ ਦਾ ਕਰਨਾ ਨਹੀਂ ਤੇ ਉਹ ਅੱਛਾ ਹੁੰਦਾ ਉਸਤਾਦ ਜੀ ਕੋਲੇਸਟ੍ਰੋਲ ਉਹਦੇ ਵਿੱਚ ਘੱਟ ਹੁੰਦਾ ਜੋ ਘਰ ਅਸੀਂ ਖਾਣੇ ਉਹੀ ਖਾਣਾ ਇਹ ਜਿਹੜਾ ਉਸਤਾਦ ਜਵੇਦ ਦੀ ਅੱਖ ਛੋਟੀ ਵੱਡੀ ਹੋ ਗਈ ਉਹਦਾ ਲਿਖਿਆ ਉਹਦੀ ਅੱਖ ਲੈਵਲ ਕਰਾਉਣ ਤੇ ਉਸਤਾਦ ਜੀ 25000 ਰੁਪਇਆ ਲੱਗਾ ਉਹਨਾਂ ਨੇ ਕਿਹਾ ਇਹਦੀ ਲੈਵਲ ਲੈਦਾ ਅੱਖ ਜਿਹੜੀ ਨਾ ਉਹ ਪਾ ਦਿੰਨੇ ਅਸੀਂ ਕਿ ਨਹੀਂ ਇਹਨੂੰ ਠੀਕ ਕਰੋ ਉਹ ਫਿਰ ਇੱਕ ਬੰਦਾ ਚਨੋੜ ਚ ਬੈਂਦਾ ਵਾ ਉਹਨੇ ਕਿਹਾ ਕਿ ਮੈਂ ਕਰ ਦਿਆਂਗਾ ਤੇ ਉੱਥੇ ਲੱਗ ਗਿਆ ਜੀ 25000 ਰੁਪਇਆ
22 ਤਰੀਕ ਨੂੰ ਮੱਛੀ ਖਾਦੀ ਸੀ 4 ਕਿਲੋ ਠੀਕ ਹੈ ਇਹ ਉਸਤਾਦ ਜੀ 5700 ਰੁਪਇਆ ਉਹਦਾ ਹੈ ਹਾਂਜੀ ਕਿਉਂਕਿ ਖਾਣ ਪੀਣ ਦਾ ਕਹਿ ਰਹੇ ਖਾਣ ਪੀਣ ਨਾਲੋਂ ਕੋਈ ਨਹੀਂ ਖਾਦੀ ਖਾਦੀ ਉਹਦੀ ਵਜ੍ਹਾ ਸੁਣ ਲਓ ਇਹ ਸਾਰਾ ਹੈਗਾ ਓਪਨ ਏਰੀਆ ਠੀਕ ਹੈ ਇੱਥੇ ਬੱਚੇ ਅਸੀਂ ਛੋਟੇ ਛੋਟੇ ਬੱਚਿਆਂ ਵਾਲੇ ਸਾਨੂੰ ਸਰਦੀ ਲੱਗ ਜਾਂਦੀ ਕੋਈ ਮਸਲਾ ਬਣ ਜਾਂਦਾ ਅਸੀਂ ਬਿਮਾਰ ਹੋ ਜਾਂਦੇ ਕੌਣ ਜ਼ਿੰਮੇਵਾਰ ਹੈ ਸਹੀ ਬਾਤ ਹੈ ਤੁਸੀਂ ਸਰ ਇਹ ਸਾਡਾ ਆਫੀਸ਼ੀਅਲੀ ਕੰਮ ਹੈ ਮੱਛੀ ਖਾਣਾ ਕੋਈ ਗਲਤ ਗੱਲ ਨਹੀਂ ਨਹੀਂ ਅੱਛੀ ਗੱਲ ਸਹੀ ਗੱਲ ਸ਼ੱਕਰਕੰਦੀ ਐ ਮਗਾਈ ਸਾ ਜੀ 22 ਰੁਪਏ ਦੀ ਸਾਰੇ ਓਏ ਸ਼ੱਕਰਕੰਦੀ ਨਸਲ ਦੇ ਆ ਇਹ ਤੈਨੂੰ ਕਿਨੇ ਗਿਆ ਖਾ ਲਾ ਸਾ ਜੀ ਖਾਣ ਪੀਣ ਦਾ ਤੁਸੀਂ ਆਪੇ ਕਿਹਾ ਖਾਣ ਪੀਣ ਤੋਂ ਕੋਈ ਟੈਨਸ਼ਨ ਨਹੀਂ ਖਾਣ ਪੀਣ ਦੇ ਲੈਦਾ ਲੇਕਿਨ ਤੂੰ ਦੀ ਗੱਡੀ ਤੇ ਰਹਿਣ ਤੋਂ ਉਹ ਭਾਈ ਉਹ ਨਹੀਂ ਮਿਲਨੇ ਤੈਨੂੰ ਓਏ ਆਰਾਮ ਨਾਲ ਬੈਠ ਯਾਰ ਤੁਸੀਂ ਦੱਸੋ ਅਸੀਂ ਭਾਈ ਨਾ ਜਿਸ ਦਿਨ ਤੁਸੀਂ ਗਏ ਹੋ ਪਹਿਲੇ ਦਿਨ ਹੀ ਨਾ ਇੱਥੇ ਦਫ਼ਤਰ 'ਚ ਵੱਡਾ ਪ੍ਰੋਜੈਕਟਰ ਕਿਰਾਏ 'ਤੇ ਲਿਆ ਕੇ ਲੋਹਾ ਫਿਲਮ ਵੇਖੀ 2200 ਰੁਪਈਆ ਲੱਗਾ 2200 ਰੁਪਏ ਲੱਗਾ ਜਿਸ ਦਿਨ ਮੱਛੀ ਖਾਧੀ ਸੀ ਪਹਿਲੇ ਦਿਨ ਹਾਂਜੀ ਆਹ ਮੱਛੀ ਜਦੋਂ ਉਸ ਦਿਨ ਕਿਉਂਕਿ ਤੁਸੀਂ ਸਖਤ ਬੰਦੇ ਹੋ ਤੁਹਾਡੀ ਯਾਦ 'ਚ ਅਸੀਂ ਫਿਰ ਲੋਹਾ ਫਿਲਮ ਵੇਖੀ ਲੋਹਾ ਫਿਲਮ ਧਰਮਿੰਦਰ ਸਾਹਿਬ ਦੀ ਧਰਮਿੰਦਰ ਸਾਹਿਬ ਹਲੇ ਉਹ ਐਚਡੀ ਨਹੀਂ ਸੀ ਹਨਾ ਜਿੱਦਣ ਇਹ ਕਿਤੇ ਗਿਆ ਫਿਰ ਜਾਨਵਰ ਵੇਖੇਗਾ ਇਹ ਉਸਤਾਦ ਜੀ ਇਹ 8000 ਰੁਪਏ ਲਾਜ਼ਮੀ ਦੇਣਾ ਮੈਨੂੰ ਕਾਹਦਾ ਉਸਤਾਦ ਜੀ ਮੈਂ ਸਦਕਾ ਦਿੱਤਾ ਸੀ ਤੁਹਾਡਾ ਬੱਕਰਾ ਫੈਸਲ ਵੈਰੀ ਗੁੱਡ ਯਾਰ ਮੈਨੂੰ ਯਾਦ ਆਇਆ ਹਾਂ ਬਿਲਕੁਲ ਸਹੀ ਇਹ ਲਾਜ਼ਮੀ ਦੇਣਾ ਉਸਤਾਦ ਜੀ ਕਿਉਂਕਿ ਤੁਹਾਡਾ ਸਦਕਾ ਦਿੱਤਾ ਸਾਨੂੰ ਕੋਈ ਲੈਣ ਦੇਣ ਹਾਂ ਸਦਕਾ ਲੇਕਿਨ ਉਸਤਾਦ ਜੀ ਇਹਦਾ 7000 ਨਹੀਂ ਮੇਰਾ ਸਦਕਾ ਕਿਉਂ ਦਿੱਤਾ ਮੈਂ ਅੱਗੇ ਉਸਤਾਦ ਜੀ ਮੇਰਾ ਦਿਲ ਚੋਂ ਨਾ ਬੁਰੇ ਬੁਰੇ ਖਿਆਲ ਆ ਰਹੇ ਸੀ ਤੁਹਾਡੇ ਵੱਲੋਂ ਆਪਣੇ ਮੈਨੂੰ ਕਿਸੇ ਉਹ ਖਿਆਲ ਤੇਰੇ ਦਿਲ 'ਚ ਆ ਰਹੇ ਆ ਸਦਕਾ ਤੂੰ ਦਿੱਤਾ 8000 ਮੇਰੇ ਕੋਲ ਲੈਣਾ ਮੈਨੂੰ ਤਾਂ ਕੁਝ ਵੀ ਨਹੀਂ ਸੀ ਨਹੀਂ ਤਾਂ ਪ੍ਰੋਬਲਮ ਕਿਨੂੰ ਹੋ ਰਹੀ ਸੀ ਅੱਗੇ ਮੈਨੂੰ ਤਾਂ ਕੋਈ ਵੀ ਨਹੀਂ ਸੀ ਹੋ ਰਹੀ ਮੈਨੂੰ ਤਾਂ ਖਿਆਲ ਆ ਰਹੇ ਸੀ ਨਾ ਤੈਨੂੰ ਖਿਆਲ ਆ ਰਹੇ ਤੇ ਤੂੰ 8000 ਮੇਰਾ ਭਰ ਦੇਣਾ ਤੂੰ ਆਪਣੇ ਖਿਆਲਾਂ ਦਾ ਇਲਾਜ ਕਰਾ ਤੁਹਾਡੇ ਨਾਲ ਕੋਈ ਸੱਬੀ ਨਬੀ ਹੋ ਜਾਂਦੀ ਫੇਰ ਉਹ ਸੱਬੀ ਨਬੀ ਉਹ ਸੱਬੀ ਨਬੀ ਨਹੀਂ ਓਏ ਹਾਂਜੀ ਅੱਬੀ ਨਬੀ ਆਹੋ ਆਹੋ ਅੱਛਾ ਇਹ ਉਸਤਾਦ ਜੀ ਜਿਹੜੇ 5400 ਦੇ ਆਂਡੇ ਲਿਆਂਦੇ ਸੀ ਉਹ ਤੁਸੀਂ ਸਲਾਈਸ ਨਹੀਂ ਖਾਦੇ ਰਹੇ ਆਂਡੇ ਲਿਆਂਦੇ ਬਾਕੀ ਉਹ ਜਿਹੜੇ ਖਰਾਬ ਹੋ 15 ਰੁਪਏ ਦਾ ਆਂਡਾ 5400 ਦੇ ਆਂਡੇ ਮਾਰੇ ਉਹ ਕਿੱਥੇ ਕਿਹੜੇ ਦੌਰ 'ਚ ਫਿਰ ਆਂਡੇ ਉਸਤਾਦ ਜੀ ਮਜ਼ਦਾ ਮੰਗਾ ਲਿਆ ਆਂਡਿਆਂ ਦਾ 30 ਰੁਪਏ ਦਾ ਹੋ ਇਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਆਉਂਦੀ ਇੱਥੇ ਉਸਤਾਦ ਜੀ ਜਦੋਂ ਨਾਸ਼ਤਾ ਸੀ ਕਰਨੇ ਆਣ ਕੇ ਆਂਡਿਆਂ ਦੇ ਨਾਲ ਕਰਦੇ ਰਹੇ ਉਸ ਤੋਂ ਬਾਅਦ ਆਂਡੇ ਖਰਾਬ ਹੋ ਗਏ ਤੂੰ ਆਪਣੇ ਹੱਥੀ ਸੁੱਟ ਕੇ ਆਇਆ ਵਾ ਯਾਰ ਵੇਖੋ ਭਾਈ ਨਾ ਅਸੀਂ ਕੋਈ ਨਜਾਇਜ਼ ਨਹੀਂ ਖਰਚੇ ਉਹ ਆਂਡੇ ਜਿਹੜੇ ਖਾਦੇ ਗਏ ਬਾਕੀ ਫਰੀ ਦੂਣਾ ਨੇ ਫੈਸਲ ਭਾਈ ਹੋਣਾ ਨੇ ਉਹ ਤੁਹਾਡੀਆਂ ਅੱਛਾ ਜੀ ਤੁਸੀਂ ਲੋਹਾ ਫਿਲਮ ਵੇਖੀ ਹੋਰ ਹਾਂਜੀ 2200 ਰੁਪਈਆ ਉਹਦਾ ਵਾ ਠੀਕ ਹੈ ਜੀ ਫਿਰ ਮੇਰੇ ਇੱਕ ਮਾਸੜ ਨੇ ਦੂਰ ਦੇ ਉਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਇਆ 8000 ਰੁਪਈਆ ਉਹ ਮੈਂ ਕਰਾਇਆ ਹਾਂਜੀ ਕਿਉਂ ਉਹਨਾਂ ਨੇ ਮਤਲਬ ਕਿ ਤੁਹਾਡਾ ਫੈਨ ਹੈ ਉਹ ਫੈਨ ਹੈ ਨਾ ਤੁਹਾਡਾ ਪ੍ਰੋਗਰਾਮ ਮੇਰਾ ਫੈਨ ਆ ਤੇ ਮੈਂ ਆਪਰੇਸ਼ਨ ਮੈਂ ਕਰਾਉਣਾ ਉਹ ਤੁਹਾਡੇ ਸ਼ੋਅ ਵੇਖ ਵੇਖ ਕੇ ਹੀ ਉਹਦੀਆਂ ਅੱਖਾਂ ਤੁਹਾਡਾ ਸ਼ੋਅ ਕਰੀਬੋਂ ਵੇਖਦਾ ਅਗਲਾ ਬੈਗ ਉਹਦੀਆਂ ਅੱਖਾਂ ਖਰਾਬ ਹੋ ਗਈਆਂ ਤੇ ਮੈਂ ਠੀਕ ਕਰਾਉਣੀਆਂ ਨੇ ਹਾਂਜੀ ਤੁਹਾਡੀ ਵਜ੍ਹਾ ਤੋਂ ਹੋਈਆਂ ਉਹਨੂੰ ਕਿੰਨੇ ਕਹਿ ਮਾਸੜ ਨੂੰ ਕਿ ਤੂੰ ਇਦਾਂ ਨਾ ਕਿਉਂ ਕਿ ਮੇਰਾ ਸ਼ੋਅ ਵੇਖ ਉਹ ਨਿਗਾਹ ਉਹਦੀ ਕਮਜ਼ੋਰ ਆ 8000 ਰੁਪਇਆ ਉਹਦਾ ਵਾ ਆਹੋ 8000 ਰੁਪਇਆ ਉਹ ਮੈਂ ਕਿਹੜਾ ਸ਼ੋਅ 'ਚ ਸੂਈ 'ਚ ਧਾਗਾ ਪਾਉਣਾ ਸਿਖਾਉਣਾ ਵੀ ਇਦਾਂ ਲੱਗ ਕੇ ਵੇਖਣਾ ਵੀ ਕਿੱਦਾਂ ਪਾਉਣਾ ਸਰ ਇਦਾਂ ਨਾ ਕਰੋ ਜ਼ਿਆਦਤੀ ਆ ਮੇਰੀ ਗੱਲ ਸੁਣ ਹੱਕ ਦੇ ਪੈਸੇ ਮੈਂ ਗਲਤ ਗੱਲ ਨਹੀਂ ਮੈਂ ਹੱਕ ਦੇ ਪੈਸੇ ਲੈਦਾ ਵੇ ਉਹ ਵੇ ਇਹ 600 ਕਿਦਾਂ ਲਈ ਐ ਐਨਕ ਲੈ ਕੇ ਦਿੱਤੀ ਫਿਰ ਉਹਨੂੰ ਆਪਰੇਸ਼ਨ ਤੋਂ ਬਾਅਦ 600 ਰੁਪਏ ਦੀ ਕਿਉਂਕਿ ਉਹਨੇ ਅਗਲੇ ਵੀ ਸ਼ੋਅ ਦੇਖਣੇ ਆ ਆਹੋ ਉਸਤਾਦ ਜੀ ਦੇਖੋ ਨਾ ਵਿਊਵਰ ਵਧਣੇ ਸਾਡੇ ਹਾਂਜੀ ਔਰ ਮੈਂ ਇੱਕ ਮੈਂਸ਼ਨ ਕਰਦਾ ਕਿਉਂਕਿ ਚੱਲ ਰਿਹਾ ਇੱਕ ਲਿਸਟ ਬੂਟੀ ਨੂੰ ਉਸਤਾਦ ਜੀ ਸਾਡੇ ਮਹੱਲੇ ਬੂਟੀ ਵਾ ਉਹਨੂੰ ਉਸਤਾਦ ਜੀ ਅਸੀਂ ਨੈੱਟ ਦਾ ਪੈਕੇਜ ਕਰਵਾ ਕੇ ਦਿੱਤਾ ਤੁਸੀਂ ਠੀਕ ਹੈ ਜੀ ਉਹ 30 GB ਵਾਲਾ ਨੈੱਟ ਪੈਕੇਜ ਕਰਵਾ ਕੇ ਦਿੱਤਾ ਉਹਦੀ ਬੇਗਮ ਨੂੰ ਬੱਚਿਆਂ ਨੂੰ ਉਹਨਾਂ ਨੂੰ ਅਸੀਂ ਕੱਪੜੇ ਲੈ ਕੇ ਦਿੱਤੇ ਕਿਉਂਕਿ ਉਹ ਕਹਿੰਦੇ ਨੇ ਕਿ ਭਾਈ ਜੀ ਇੱਕ ਤੇ ਤੁਹਾਡਾ ਸ਼ੋਅ ਵੇਖੀਏ ਸਾਡੇ ਕੱਪੜੇ ਗੰਦੇ ਹੁੰਦੇ ਬਹਿਣ ਨੂੰ ਜਗ੍ਹਾ ਨਹੀਂ ਹੁੰਦੀ ਉਹ ਸਾਨੂੰ ਬਣਾ ਕੇ ਦਿਓ ਉਸ ਬੈੱਡ ਸ਼ੀਟ ਸਾਰਾ ਕੁਝ ਕਰਕੇ ਦਿੱਤਾ ਵੈਰੀ ਗੁੱਡ ਮੈਂ ਫਿਰ ਭਾਜੀ ਵੇਖ ਕੇ ਆਇਆ 97 ਫਿਲਮ 1000 ਰੁਪਈਆ ਉਹਦਾ ਲੱਗਾ ਮੈਂ ਕਿਹਾ ਇੰਨੇ ਦਿਨ ਕਿਉਂ ਤੂੰ ਲੋਹਾ ਵੇਖ ਕੇ ਰੱਜਿਆ ਨਹੀਂ ਸੀ ਨਹੀਂ ਮੈਨੂੰ ਤੁਸੀਂ ਇੰਨੇ ਦਿਨ ਨਜ਼ਰ ਨਹੀਂ ਆਏ ਮੈਂ ਕਿਹਾ ਚਲੋ 97 ਜਾ ਕੇ ਹੋਰ ਕੋਈ ਫਿਲਮ ਵੇਖ ਆਨੇ ਆ ਫਿਰ 1000 ਰੁਪਈਆ ਉਹਦਾ ਰਾਤੀ ਚਰਗਾ ਤੇ ਸਲਾਦ ਉਹ ਤੁਹਾਡੀ ਸੂਜ਼ੀ ਲਈ ਲਿਆਂਦੀ ਸੂਜ਼ੀ ਲਈ ਯਾਰ ਤੂੰ ਸੂਜ਼ੀ ਲਈ ਕਦੋਂ ਪਾਉਣ ਲਿਆ ਵਾ ਯਾਰ ਉਹ ਵੀ ਇਹਨਾਂ ਦੇ ਖਾ ਜੋ ਉਹਨਾਂ ਖਾਣਾ ਉਹ ਇਹਨਾਂ ਨੂੰ ਹੀ ਦੱਸਣਾ ਇਹਨਾਂ ਦੀ ਮੇਰੀ ਤੇ ਨਹੀਂ ਉਹ ਤਾਂ ਚਰਗਾ ਖਾਂਦੀ ਨਹੀਂ ਉਹਨੂੰ ਕੀ ਪਤਾ ਚਰਗੇ ਦਾ ਉਸਤਾਦ ਜੀ ਉਹ ਲੱਗ ਗਈ ਰਾਤੀ ਲੱਗ ਗਈ ਚਰਗਾ ਉਹਨੂੰ ਮੈਂ ਲਿਆ ਕੇ ਦਿੱਤਾ ਹਾਂਜੀ 1600 ਕੁਛ ਰੁਪਈਏ ਦਾ ਤੂੰ ਆਪਣਾ 1600 ਕੁਛ ਰੁਪਈਏ ਦਾ ਯਾਰ ਤੂੰ ਹਾਥੀ ਦਾ ਚਰਗਾ ਲਿਆ ਤਾ ਨੇ 4 ਪੀਸ ਸੀ ਪੂਰੇ ਚਰਗੇ ਦੇ 4 ਪੀਸ ਸੀ ਹਾਂਜੀ ਬੱਚੇ ਨੂੰ ਊਂਟ ਤੇ ਝੂਟੇ ਦਵਾਏ ਆ ਓਏ ਊਂਟ ਤੇ ਝੂਟੇ ਤੂੰ ਦਵਾਏ ਮਾਮਾ ਮੈਂ ਕਦੇ ਪੈਸੇ ਦੇਣੇ ਆ ਉਹ ਉੱਤੇ ਬੈਠੇ ਬੈਠੇ ਬੱਚਿਆਂ ਨੇ ਕਿਹਾ ਜਾਨੀ ਅੰਕਲ ਵੀ ਦੁਬਈ ਮੈਂ ਊਂਟ ਪੇ ਜੂ ਮੈਂ ਕਿਹਾ ਭਾਈ ਤੇ ਹੀ ਖਰਚਾ ਪੈਂਦਾ ਤੁਹਾਡਾ ਨਾਮ ਲਿਆ ਉਹਨਾਂ ਨੇ ਉੱਤੇ ਬਹਿ ਕੇ ਮਾਜ਼ਰਤ ਨਾ ਉਹ ਬੱਚੇ ਗੱਲ ਜਿਹੜੀ ਸਹੀ ਅੱਛਾ ਤੁਹਾਡਾ ਕਿਹੜਾ ਖਰਚਾ ਮੇਰਾ ਨਹੀਂ ਭਾਈ ਕੋਈ ਖਰਚਾ ਮੈਂ ਤਾਂ ਤੁਹਾਡੇ ਬਿੱਲ ਨਿਲ ਕਰਦਾ ਰਿਹਾ ਲਿਖਦਾ ਰਿਹਾ ਉਹ ਤੇ ਉਹ ਠੀਕ ਆ ਲੇਕਿਨ ਅੱਛਾ ਤੁਹਾਡਾ ਮੁੰਸ਼ੀ ਸੀ ਨਹੀਂ ਨਹੀਂ ਉਹਦਾ ਇਹਨੇ ਜਿਹੜੇ ਵਿੱਚ ਸਾਡੇ ਕੋਲੋਂ ਲੈ ਕੇ ਖਰਚੇ ਉਹ ਤੇ ਅਸੀਂ ਲੈਣੇ ਨਾ ਮੇਰੇ ਕੰਪਨੀ ਨੇ ਦੇਣੇ ਆ ਸਭ ਕਿਹੜੇ ਮੇਰੇ 4700 ਰੁਪਈਆ ਉਹ ਕਾਦਾ ਹਾਂ ਉਹ ਇਹਨਾਂ ਦੇ ਲਿਖਦਾ ਰਿਹਾ ਮੇਰਾ ਨਹੀਂ ਕੋਈ ਇਹਨਾਂ ਦਾ ਹੀ ਰੋਜ਼ ਦਾ ਕਾਗਜ਼ ਬਿੱਲ ਭਰਦਾ ਸੀ ਇਹਨਾਂ ਦਾ ਉਸਤਾਦ ਜੀ
खर्चा वा इथे जो तुसी गए हो अगले दिन बकरियां नू स्वेटर लेके दिते 600 रुपए दे ਮੈਨੂੰ ਪਤਾ ਲੱਗਾ ਉੱਥੇ ਬਾਰਿਸ਼ ਹੁੰਦੀ ਰਹੀ ਤੁਸੀਂ ਮੈਂ ਕਿਹਾ ਠੰਡ ਨਾ ਲੱਗ ਜੇ ਬੱਕਰੀਆਂ ਧਿਆਣੀਆਂ ਚ ਹੋਈਆਂ ਮੈਂ ਫਿਰ ਭਾਈ ਹੱਥ ਦਾ ਦਿੱਤਾ ਹੀ ਮੈਂ ਕਿਹਾ ਕੰਮ ਆਣਾ ਦਫਤਰੋਂ ਲੈ ਲਾਂਗੇ ਐ ਉਸਤਾਦ ਜੀ 800 ਰੁਪਏ ਦੇ ਫਰੀਦ ਦੀ ਬੇਗਮ ਦੇ ਕੰਨ ਬਣਾਏ ਸੀਗੇ ਨਾਲ ਟੋਪਸ ਲੈ ਕੇ ਤੁਸੀਂ 1400 ਰੁਪਏ ਯਾਰ ਉਹਦੀ ਬੇਗਮ ਨੇ ਕੰਨ ਬਣਾਏ ਉਹਦੇ ਅੱਗੇ ਵਿੰਨੇ ਝੂਠ ਤੇ ਨਾ ਬੋਲੋ ਖੁਦਾ ਦਾ ਨਾ ਉਸਤਾਦ ਜੀ ਪਤਾ ਕੀ ਗੱਲ ਉਹ 3-4 ਮੰਜ਼ਲਾਂ ਹੁੰਦੇ ਨੇ ਨਾ ਉਹਨੇ ਭਾਬੀ ਨੇ ਉਤੋਂ ਯਾਨੀ ਕਿ ਬਣਾਏ ਸੀ ਬੇਗਮ ਤੇਰੀ ਆ ਤੇ ਕੰਨ ਉਹ ਬਣਵਾ ਰਿਹਾ ਔਰ ਉਹਨੇ ਵੀ ਪਤਾ ਇੱਥੋਂ 3-4 ਮੰਜ਼ਲਾਂ ਮੇਰੀ ਭੈਣ ਹੈਗੀ ਉਸਤਾਦ ਜੀ ਐਡੀ ਕਿਹੜੀ ਮੇਰੀ ਵੀ ਬੇਗਮ ਆ ਤੇਰੀ ਬੁੱਢੀ ਜਿਹੜੀ ਮੇਰੀ ਭੈਣ ਨਹੀਂ ਹੈਗੀ ਉਹ ਸਹੀ ਕਹਿ ਰਿਹਾ ਵਾ ਦੂਸਰਾ ਮੇਰੀ ਗੱਲ ਸੁਣ ਇਦਾਂ ਕੰਨ ਇਥੋਪੀਆ ਦੀ ਹੈ ਮੇਰੀ ਬੁੱਢੀ ਔਰ ਮੇਰਾ ਬਸ ਮੇਰਾ ਕੁੱਲ ਮਿਲਾ ਕੇ ਨਾ 10,413 ਰੁਪਏ ਤੇਰਾ ਮੈਂ ਤਾਂ ਕਹਿੰਦਾ ਕੁੱਲ ਕਰਾ ਲਈਏ ਅੱਛਾ ਤੇ ਮਿਲਾ ਕੇ ਸਾਰਿਆਂ ਦੇ ਪੈਸੇ ਜਿਹੜਾ ਤੁਸੀਂ ਉਹ ਕੱਲ ਸ਼ਾਮ ਨੂੰ ਉਸਤਾਦ ਜੀ ਨਹੀਂ ਯਾਰ ਨਹੀਂ ਨਹੀਂ ਪਰਸੋਂ ਦਾ ਰਹਾ ਲਾ ਕੱਲ ਮੇਕੋ ਟਾਈਮ ਨਹੀਂ 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 ਉਸਤਾਦ ਜੀ ਕੱਲ ਮੇਕੋ ਆ ਜਾਣਾ ਯਾਰ ਮੈਂ ਤੈਨੂੰ ਕਹਿ ਰਿਹਾ ਨਾ ਕੱਲ ਸ਼ਾਮ ਨੂੰ ਮੈਂ ਜਾਣਾ ਕਿਤੇ ਉਸਤਾਦ ਜੀ ਕੱਲ ਸ਼ਾਮ ਦੀ ਗੱਲ ਮੈਂ ਦੱਸਣੀ ਤੁਹਾਨੂੰ ਨਹੀਂ ਉਹ ਨਾ ਬਾਅਦ ਚ ਦੱਸਣੀ ਪਤਾ ਕੀ ਗੱਲ ਉਸਤਾਦ ਜੀ ਐ ਵੇਖੋ ਐ ਕੋਲੇ ਇਮਲੀ ਨੇ ਉਸਤਾਦ ਜੀ 50,000 ਤੁਸੀਂ ਦਿੱਤਾ ਨਾ ਉਹਨੇ 40,000 ਦੇ ਕੋਲੇ ਸਟਵਾ ਲਏ 45,000 ਦੇ ਕੋਲੇ ਪੂਰੀ ਬੋਰੀ ਲੈ ਕੇ ਆ ਗਿਆ ਮੈਂ ਕਿਹਾ ਹੋਇਆ ਕੀ ਕਰਨੀ ਉਹ ਕੋਲੇ ਕੰਦਾ ਭਾਈ ਇਹਦਾ ਸਟਾਕ ਚੰਗਾ ਹੁੰਦਾ ਉੱਤੋਂ ਧੁੱਪਾਂ ਨਿਕਲਣ ਲੱਗ ਪਈਆਂ ਕਹਿੰਦੇ ਅਗਲੇ ਸਾਲ ਕੰਮ ਆਉਂਦਾ ਗੇਟ ਖੁੱਲੇ ਡੱਬ ਗਿਆ ਤਾਂ ਗੇਟ ਖੁੱਲੇ ਰਕਸ਼ਾ ਅੰਦਰ ਵੜਨ ਤੇ ਮੈਂ ਕਿਹਾ ਪਤਾ ਨਹੀਂ ਸਟਾਰ ਜਵੇਦ ਨੇ ਕੋਈ ਸ਼ੈਮ ਗਈ ਪਿੱਛੇ ਬੋਰੀਆਂ ਚਾਰ ਲੱਦੀਆਂ ਕੋਲੇ ਸਾਨੂੰ ਤਾਂ ਇਦਾਂ ਲੱਗਣਾ ਜਿਵੇਂ ਕਿਤੇ ਭਰਤੀ ਪਾਉਣ ਲੱਗਾ ਕੋਲਿਆਂ ਦੀ ਉਸਤਾਦ ਜੀ ਇਹ ਨਾ ਪਰਸੋਂ ਸ਼ਾਮ ਨੂੰ ਉਸਤਾਦ ਜੀ ਭਰਜਾਈ ਆਈ ਸੀ ਉਹਨੇ ਕਿਹਾ ਮੈਨੂੰ 4,000 ਚਾਹੀਦਾ ਕਿਹੜੀ ਭਰਜਾਈ ਫਰੀਦ ਦੀ ਬੇਗਮ ਠੀਕ ਉਹਨੇ ਕਿਹਾ 4,000 ਮੈਨੂੰ ਚਾਹੀਦਾ ਫੈਸਲ ਭਾਈ ਉਸਤਾਦ ਜੀ ਨੂੰ ਦੱਸ ਦੇਣਾ ਇਹ ਸਾਡਾ ਖਾਤਾ ਉਸਤਾਦ ਜੀ ਲੈ ਲੈ ਅੱਗੋਂ ਤੁਸੀਂ ਸਾਨੂੰ ਦੱਸਣਾ ਯਾਰ ਉਹ ਜਿਹੜਾ ਆਪਾਂ ਜਿਹੜੇ ਆਪਾਂ ਸਾਰੇ ਦਾਵਤ ਤੇ ਗਏ ਵਾਂ ਦਾਵਤ ਤੇ ਨਹੀਂ ਗਏ ਉਹ ਦਾਵਤ ਤੇ ਜਿਹੜਾ ਆਪਾਂ ਖਰਚਾ ਉਹਨਾਂ ਨੂੰ ਆਪਾਂ ਦਿੱਤੇ ਪੈਸੇ 5,000 ਰੁਪਏ ਉਸ ਲਈ ਬੱਚਿਆਂ ਦਾ ਤੇ ਕੁਝ ਕਰ ਲਓ ਤੂੰ ਕੀ ਆ ਕੀ ਹੈ ਤੇਰਾ ਦੱਸ ਤੂੰ ਮੇਰਾ ਤੇ ਜਾਇਜ਼ ਹੀ ਖਰਚਾ ਹੱਕ ਲੱਗਦੀ ਮੈਂ ਗੱਲ ਕਰਦਾ ਨਹੀਂ ਆ ਨਜਾਇਜ਼ ਇਹ ਵੀ ਜਾਇਜ਼ ਆ ਠੀਕ ਹੈ ਉਸਤਾਦ ਜੀ ਇਹ ਬਿੱਲ ਬਣ ਗਿਆ ਹੈ 87,000 ਕੁਛ ਇਹ ਤੁਸੀਂ ਦੱਸਣਾ ਕਿਵੇਂ ਦੇਣੇ ਨੇ ਮੈਂ ਦੇਣਾ ਹਾਂਜੀ ਮੋਟਰਸਾਈਕਲ ਦਾ ਮੇਰੇ ਦਾ ਗਰਾਰੀ ਸੈੱਟ ਨਵਾਂ ਪਿਆ ਵਾ ਮੈਂ 8,000 ਰੁਪਇਆ ਉਹਦਾ ਲੱਗਾ ਉਹ ਮੈਂ ਲਾਉਣਾ ਤੁਸੀਂ ਇੱਥੇ ਨਹੀਂ ਸੀ ਇਹ ਦਫ਼ਤਰ ਟਾਈਮ ਨਾਲ ਆਣਾ ਜਾਣਾ ਸਾਡੀ ਜ਼ਿੰਮੇਵਾਰੀ ਟਾਈਮ ਨਾਲ ਆਉਣਾ ਤੇ ਉਹ ਤੇ ਅੱਗੇ ਵੀ ਆਉਣਾ ਸੀ ਗਰਾਰੀ ਸੈੱਟ ਮੇਰਾ ਕਾਤੋਂ ਖਰਾਬ ਹੋ ਗਿਆ ਮੇਰਾ ਸਪੀਡ ਨਾਲ ਆਇਆ ਕਿ ਤੁਸੀਂ ਨਹੀਂ ਐ ਪਹੁੰਚਣਾ ਉੱਥੇ ਪਹੁੰਚ ਦੇਣੀ ਉਹ ਹਾਂਜੀ ਗਰਾਰੀ ਸੈੱਟ ਤੇ ਆ ਦੱਸੀ ਜਰਾ ਮੇਰਾ ਵੀ ਸੰਸਾਰ ਫਿਰ ਤੂੰ ਹੈਲੀਕਾਪਟਰ ਲੈ ਲੈਂਦਾ ਇੱਕ 7-8 ਰੁਪਏ ਦਾ ਉਹ ਵੀ ਦੇ ਦੇਣੇ ਸੀ ਤੂੰ ਜਲਦੀ ਆ ਜਾ ਕਰਨਾ ਸੀ 4700 ਰੁਪਇਆ ਮੇਰਾ ਮੈਨੂੰ ਤੂੰ ਤੇ ਹੁਣੇ ਕਿਹਾ ਮੇਰਾ ਕੋਈ ਪੈਸਾ ਨਹੀਂ ਨਹੀਂ ਮੈਂ ਕਿਹਾ ਮੈਂ ਕੰਪਨੀ ਕੋ ਲੈਣੇ ਵੀ ਆ ਮੇਰਾ ਲੱਗਾ ਵੀ ਆ 4700 ਤੇਰਾ ਕਿੱਥੇ ਲੱਗ ਗਿਆ 4700 ਮੇਰਾ ਮੈਂ ਗਣਾਉਣਾ ਵਾ ਮੈਂ ਪੂਰਾ ਮੈਨੂੰ ਜ਼ਬਾਨੀ ਯਾਦ ਆ ਜਿਹੜੇ ਵਾਲੇ ਇਹ 1100 ਨੇ ਮੈਂ ਤਸਮੇ ਪਵਾਏ ਸੀ ਬੂਟਾਂ ਨੂੰ ਹਾਂਜੀ ਉਹ ਤਸਮੇ ਬਹੁਤ ਅੱਛੇ ਆ ਹਾਂਜੀ ਬੂਟਾਂ ਨੂੰ ਪੂਰਾ ਇਹਨੇ ਤਸਮੇ ਹੀ ਪਵਾ ਲਏ ਉਹ ਤਸਮੇ ਨਹੀਂ ਮਤਲਬ ਕਿੰਨਾ ਨੇ 1000 ਗਜ਼ ਦੇ 1000 ਗਜ਼ ਦਾ ਇੱਕ ਤਸਮਾ ਉਹ ਤਸਮੇ ਬਣ ਕੇ ਲੱਤ ਨਹੀਂ ਸੁਣਦੀ ਹਾਂ ਹਾਂਜੀ ਤੇ 1150 ਦਾ ਉੱਤੇ ਬਾਜਰਾ ਬਾਜਰਾ 1150 ਦਾ ਤੁਸੀਂ ਆਪੇ ਕਿਹਾ ਸੀ ਜਾਨਵਰਾਂ ਨੂੰ ਕੁਛ ਨਾ ਕੁਛ ਪਾ ਦਿਆ ਕਰੋ ਉੱਤੇ ਬੰਦੇ ਹੋਣੀ ਟੈਨਸ਼ਨ ਲੈਣੀ ਸੀ ਖਾਣ ਦੀ 1150 ਦਾ ਬਾਜਰਾ ਪਾਤਾ ਉਹ ਤਾਂ ਉੱਤੇ ਗਿਆ ਇੱਕ ਦਾਣਾ ਨਹੀਂ ਹੈਗਾ ਭਾਈ ਜਾਨਵਰ ਖਾਂਦੇ ਆ ਜਾਨਵਰ ਕਿਹੜਾ ਬਾਜਰਾ ਖਾਂਦਾ ਕਾਂ ਦੇ ਚੀਨਾ 10 ਉੱਤੇ ਕਿੰਨੇ ਆਂਦੇ ਤੁਸੀਂ ਕਿੰਨੇ ਵਾਰ ਗਏ ਸੀ ਉੱਤੇ ਕਿੰਨੇ ਵਾਰ ਗਏ ਹੋ ਤੁਸੀਂ ਅੱਜ ਤਾਂ ਮੈਂ ਆਇਆ 1.5 ਘੰਟੇ ਪਹਿਲੇ ਚਿੜੀਆਂ ਤੇ ਦੁਪਹਿਰ ਦਾ ਖਾ ਕੇ ਫਰਕ ਕਰ ਗਿਆ ਏਡੀਆਂ ਵੇਲੀਆਂ ਤੁਹਾਡਾ ਵੇਟ ਕਰਨ ਦੇ 3000 ਰੁਪਇਆ ਉਹ ਜੰਪ ਤੇ ਲਵਾਇਆ ਮੈਂ ਕਿਹੜੇ ਜੰਪ ਬਾਹਰ 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 ਉਹ ਭਾਈ ਵੱਜਦੇ ਸੀ ਬੰਦੇ ਹਾਂਜੀ ਉਹ ਜੰਪ ਉੱਥੇ ਬਣਵਾਤਾ ਮੈਂ ਇੱਕ ਮੈਂ ਕਿਹਾ ਚਲੋ ਹਾਂਜੀ ਇਹ ਲੀਗਲ ਲੀਗਲ ਇਸ਼ੂ ਹਾਂਜੀ ਮੇਰੇ ਘਰ ਜਿਹੜਾ ਮਸ਼ੀਨ ਜਿਹੜੀ ਆ ਟੁੱਟੀ ਫਾਸ਼ ਮਸ਼ੀਨ ਉਹਦਾ ਫੁੱਲ ਪਵਾਇਆ ਉਸਤਾਦ ਜੀ ਤੇ ਉਹਦਾ ਥਲੜਾ ਸਾਰਾ ਹਿੱਸਾ ਪਿਆ ਵਾ ਠੀਕ ਆ ਉਹ ਜਿਹੜਾ ਤਕਰੀਬਨ 4200 ਰੁਪਏ ਲੱਗਾ ਉਹ ਮੈਂ ਲਿਖਿਆ ਨਹੀਂ ਹੈਗਾ ਲੇਕਿਨ ਉਹ ਮੈਂ ਤੁਹਾਡੇ ਕੋਲ ਲੈਣੇ ਆ ਕਿਸੇ ਵੀ ਸੁਰੋਂ ਛੱਡਨੇ ਨਹੀਂ ਹੈਗੇ ਠੀਕ ਆਹੋ ਉਸਤਾਦ ਜੀ ਇਹ ਪਰਸੋਂ ਦੀ ਗੱਲ ਹੈ ਉਸਤਾਦ ਜੀ ਪਰਸੋਂ ਰਾਤ ਨੂੰ ਮੈਂ ਤੇ ਫਰੀਦ ਗਏ ਆ 1500 ਰੁਪਏ ਦੀਆਂ ਜਲੇਬੀਆਂ ਖਾਧੀਆਂ ਕਹਿੰਦਾ ਮੇਰਾ ਦਿਲ ਕਰ ਰਿਹਾ ਮਟਨ ਜਲੇਬੀਆਂ ਸੀ ਮਟਨ ਜਲੇਬੀਆਂ ਛੋਟੇ ਕੀਮੇ ਦੀਆਂ ਜਲੇਬੀਆਂ 1500 ਦੀਆਂ ਜਲੇਬੀਆਂ ਖਾ ਗਏ ਤੁਸੀਂ ਦੋਵੇਂ ਯਾਰ ਕੀ ਗੱਲ ਇੰਨੇ ਫਿੱਕੇ ਆ ਤੁਸੀਂ ਅੰਦਰੋਂ ਨਹੀਂ ਨਹੀਂ ਅਧੀਆਂ ਘਰ ਵੀ ਲੈ ਕੇ ਗਿਆ ਸੀਗਾ ਅਧੀਆਂ ਅਧੀਆਂ ਦੋ ਤਿੰਨ ਖਾਣ ਨਾਲੋਂ ਵੀ ਤੁਸੀਂ ਫਰਕ ਕਰਨ ਡੇ ਹੋ ਖਾਣ ਪੀਣ ਵਾਲੋ ਤਾਂ ਉਹ 1500 ਦੀਆਂ ਜਲੇਬੀਆਂ ਕਿਹੜੀਆਂ ਮਾਮਾ ਕੀ ਲੱਭਣ ਉਸਤਾਦ ਜੀ 1500 ਦੀਆਂ ਖਾਧੀਆਂ ਜਲੇਬੀਆਂ ਉਹ ਬਸ ਕਰ 1500 ਦੀਆਂ ਜਲੇਬੀਆਂ ਕੀ ਹੋਇਆ ਇੱਕ ਮਿੰਟ ਆ ਉਸਤਾਦ ਜੀ ਫੈਸਲ ਦੀ ਵੀ ਬੇਗਮ ਆਉਂਦੀ ਰਹੀ ਹੈ ਦਵਾਈ ਮੈਨੂੰ ਨਹੀਂ ਦਿੱਤੇ ਉਹਨੇ
ਟੁੱਟੀ ਚੂੜੀ ਪਈ ਇੱਕ ਉਸਤਾਦ ਜੀ ਉਹ ਤੇ ਲੱਛੀਆਂ ਲਿਖਿਆ ਪੈਰਾਂ ਦੀਆਂ ਲੱਛੀਆਂ ਉਹ ਜਿਹੜੀਆਂ ਲੈ ਕੇ ਦਿੱਤੀਆਂ ਉਹ ਜਿਹੜੀ ਭਾਬੀ ਆਈ ਸੀ ਮੇਰੀ ਕਹਿੰਦੀ ਮੇਰੀਆਂ ਝਾਂਜਰਾਂ ਟੁੱਟ ਗਈਆਂ ਰੌਲਾ ਬਣ ਜਾ ਸਾਡੀ ਗਲੀ ਉਦਾਂ ਦੀ ਉਹਨੇ ਫਿਰ ਭਾਈ ਉਹ ਵਰਦੀ ਲਈ ਕਰਾਟਿਆਂ ਵਾਲੀ ਵਰਦੀ ਪਾ ਕੇ ਕਰਾਟੇ ਆ ਜਾਂਦੇ ਆ ਉਹ ਕਰਾਟੇ ਪਹਿਲਾਂ ਵੀ ਉਹਨੇ ਸਿੱਖੇ ਨੇ ਯੋਗਾ ਕਰਦੀ ਰਹੀ ਆ ਉਹ ਮਾਸ਼ਾਅੱਲਾ ਬੜੀ ਐਕਸਪਰਟ ਹੈਗੀ ਯੋਗਾ ਨਾ ਯੋਗਾ ਤੁਮਸੇ ਪਿਆਰਾ ਕੌਣ ਉਹਨਾਂ ਨੇ ਯੋਗਾ ਸਿੱਖਿਆ ਤੇ ਇਹਨਾਂ ਨੂੰ ਕਿਸੇ ਯੋਗਾ ਨਹੀਂ ਛੱਡਿਆ ਉਸਤਾਦ ਜੀ ਮੈਂ ਕੱਲ ਹੀ ਦੋ ਪੈਂਟਾਂ ਲਈਆਂ ਸੀ ਇੱਕ ਬਲੈਕ ਮੈਂ ਪਾਈ ਹੋਈ ਉਸਤਾਦ ਜੀ ਤੇ ਇੱਕ ਬਰਾਊਨ ਉਹ ਕੱਲ ਪਾ ਕੇ ਆਊਂਗਾ ਓਕੇ ਠੀਕ ਹੋ ਗਿਆ ਚਲੋ ਜੀ ਕਿੰਨੇ ਪੈਸੇ ਟੋਟਲ ਕਿੰਨੇ ਬਣ ਗਏ 80,530 ਰੁਪਏ ਆ ਤੇ ਜਿਹੜਾ ਬੇਗਮਾ ਪਾ ਲਈਏ ਵਿੱਚ ਉਹ ਕੱਢ ਕੇ ਆ ਉਹ ਕੱਢ ਕੇ ਉਹਦੇ ਵੀ ਹੁਣੇ ਹੀ ਪਾ ਲਓ ਲੋ ਜੀ ਗੱਲ ਇਹ ਹੈ ਕਿ ਇਹ ਹੋ ਗਿਆ 1,00,000 ਸੱਚ ਮੈਨੂੰ ਯਾਦ ਆਇਆ 10,000 ਦੇ ਟਿਸ਼ੂ ਲਿਆਂਦੇ ਸੀ ਓਕੇ 1,20,000 ਹੋ ਗਿਆ ਹਾਂਜੀ ਤੇ 10,000 ਦੇ ਟਿਸ਼ੂ ਲਿਆਂਦੇ ਸੀ ਹਾਂਜੀ 10,000 ਰੁਪਏ ਦੇ ਟਿਸ਼ੂ ਲਿਆਂਦੇ ਮੇਰੇ 3,300 ਰੁਪਏ ਦੇ ਸਰਾਣੇ ਭਰੇ ਜਿਹੜੇ ਉਹਦਾ ਵੀ ਲਿਖੋ ਨਾਲ ਜਿਹਨੇ ਖਾਲੀ ਕੀਤੇ ਉਹਦੇ ਕੋਲ ਪਰਵਾਹ ਉਹ ਨਹੀਂ ਖਾਲੀ ਕੀਤੇ ਉਹ ਸਾਰਾ ਰੂਮ ਪੁਰਾਣਾ ਖਰਾਬ ਹੋ ਗਿਆ ਸੀ ਉਹ ਰਾਤ ਨੂੰ ਲੇਟ ਸੋਣਾ ਤੇ ਫਿਰ ਤੁਸੀਂ ਆਪੇ ਕਹਿੰਦੇ ਲੇਟ ਆਉਂਦੇ ਸਰਾਣੇ ਚੰਗੇ ਹੋਣਗੇ ਤੇ ਨੀਂਦ ਅੱਛੀ ਆਉਣੀ ਬਿਸਤਰੇ ਦੀ ਬੈੱਡ ਸ਼ੀਟਾਂ ਦੇ ਵੀ ਪੈਸੇ ਲੈ ਉਹ ਨਹੀਂ ਪਹਿਲਾਂ ਪਾ ਲਏ ਸੀ ਉਹ ਤੇਰੀ ਦੁਆ ਨਾਲ ਪਹਿਲਾਂ ਹੀ ਕਹਿਤਾ ਸੀ ਠੀਕ ਹੋ ਗਿਆ ਅੱਛਾ ਹੁਣ ਕਿੰਨੇ ਟੋਟਲ ਮੇਰੇ ਨਾਲ ਘਰ ਲੋਨ ਤੇ ਥੋੜੇ ਜਿਹੇ ਪੈਸੇ ਲੱਗੇ ਨੇ ਠੀਕ ਹੈ ਦੁਬਈ ਮੈਂ ਫਿਰ ਰਿਹਾ ਸਾ ਮੈਨੂੰ ਉਹ ਪਰਫਿਊਮ ਨੀ ਸੀ ਜਿਹੜੀ ਮੇਰੀ ਜਿਹੜੀ ਮੈਂ ਤੁਹਾਨੂੰ ਕਹਿਣਾ ਸਾ ਯਾਰ ਮੇਰੀ ਲੱਭਦੀ ਨੀ ਪਈ ਪਰਫਿਊਮ ਜਿਹੜੀ ਕੋਈ ਲੱਭੇ ਕਾਸ਼ ਉਹ ਜਿਹੜੀ ਮੈਨੂੰ ਬੰਦ ਹੋ ਗਈ ਸੀ ਉਹਦਾ ਨਾਂ ਕੀ ਸੀਗਾ ਭਲਾ ਉਹਦਾ ਨਾਂ ਜੋ ਵੀ ਸੀ ਨਾ ਉਹ ਮੈਨੂੰ ਇੱਕ ਦੁਕਾਨ ਤੇ ਲੱਭੀ ਠੀਕ ਹੈ ਭਾਜੀ 1,000 ਦਿਨ ਤੇ ਮੈਨੂੰ ਫੈਸਲ ਦੀ ਇੰਨੀ ਯਾਦ ਆਈ ਮੈਂ ਕਿਹਾ ਯਾ ਅੱਲਾ ਫੈਸਲ ਨੂੰ ਬਹੁਤ ਪਸੰਦ ਸੀ ਘਰ ਮੈਨੂੰ ਲੱਭ ਗਈ 1,000 ਦਿਨ ਦੀ ਮੈਂ ਉਹ ਪਰਫਿਊਮ ਲਈ 70,000 ਰੁਪਏ ਦੀ ਫੈਸਲ ਦੀ ਵਜ੍ਹਾ ਤੋਂ ਪਿੱਛੇ ਕਿੰਨੇ ਰਹਿ ਗਏ ਪਿੱਛੇ ਰਹਿ ਗਏ 80,000 ਨਹੀਂ ਉਹ ਭਾਈ ਨਾ ਅਸੀਂ ਤੇ ਨਹੀਂ ਨਾ ਲੈਣੇ ਉਹ ਤੁਸੀਂ ਲਈ ਆ ਇਹ ਆ ਮੈਂ ਦੇ ਦਿੱਤੇ ਆ ਕਲੀਅਰ ਹੋ ਗਏ ਪਿੱਛੇ ਰਹਿ ਗਿਆ ਅੱਛਾ ਉਸ ਤੋਂ ਬਾਅਦ ਜਨਾਬ ਜੀ 30,000 ਉਤਲਾ ਕੱਢ ਲਿਆ ਠਹਿਰ ਜੀ ਇੱਕ ਮਿੰਟ ਉਸ ਤੋਂ ਬਾਅਦ ਉਸਤਾਦ ਜੀ ਮੈਂ ਬੁਰਜ ਖਲੀਫਾ ਗਿਆ ਹਾਂਜੀ ਮੈਂ ਕਿਹਾ ਯਾਰ ਪਿੱਛੇ 4-5 ਬੰਦੇ ਉਹਨਾਂ ਦਾ ਕੋਈ ਹਿਸਾਬ ਕਿਤਾਬ ਕੋ ਉਹਨਾਂ ਨਾਲ 19 ਨਾ ਹੋ ਜੇ ਵਿਚਾਰਿਆਂ ਨਾਲ ਮੈਂ 700 ਦਿਰਮ ਦੀਆਂ ਚਿੜੀਆਂ ਛੱਡੀਆਂ ਉੱਥੇ ਚਿੜੀਆਂ 700 ਦਿਰਮ ਦੀਆਂ ਮੈਂ ਚਿੜੀਆਂ ਆਜ਼ਾਦ ਕਰਾਈਆਂ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਪਿੱਛੋਂ ਉਹਦੇ ਨਾਲ ਸਾਡਾ ਕੀ ਫਾਇਦਾ ਚਿੜੀਆਂ ਤੁਹਾਨੂੰ ਦੁਆਵਾਂ ਦੇਣਗੀਆਂ ਕਿ ਯਾ ਅੱਲਾ ਚਿੜੀਆਂ ਤੇ ਹੁੰਦੀਆਂ ਹੀ ਨਹੀਂ ਉੱਥੇ ਉਸਤਾਦ ਜੀ ਦੁਬਈ ਦੁਬਈ ਚ ਦੁਬਈ ਚਿੜੀਆਂ ਨਹੀਂ ਚਿੜੀਆਂ ਨਹੀਂ ਹੁੰਦੀਆਂ ਦੁਬਈ ਚ ਦੁਬਈ ਚਿੜੀਆਂ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਦੱਸੋ ਨਾ ਕਿੱਥੇ ਹੁੰਦੀਆਂ ਤੇਰੇ ਹਿਸਾਬ ਨਾਲ ਮਤਲਬ ਦੁਬਈ ਚ ਕੋਈ ਨਹੀਂ ਕਹਿੰਦਾ ਵੀ ਉਹ ਤੇ ਚਿੜੀ ਹੁੰਦੀਆਂ ਚਿੜੀਆਂ ਓਏ ਉਹ ਚਿੜੀਆਂ ਇੱਥੇ ਜਿਹੜੀਆਂ ਇੱਥੇ ਛੋਟੀਆਂ ਛੋਟੀਆਂ ਹੁੰਦੀਆਂ ਨਹੀਂ ਚਿੜੀਆਂ ਆਜ਼ਾਦ ਨਹੀਂ ਕਰਾਈਦੀਆਂ ਆਹੋ ਉਹ ਮੈਂ ਤੁਹਾਡੇ ਨਾਂ ਤੇ ਕਰਾਈਆਂ ਨੇ ਤੁਹਾਡੇ ਨਾਂ ਤੇ ਉਸਤਾਮ ਲਿਖਾਇਆ ਚਿੜੀਆਂ ਕੋਲ ਕਿ ਤੁਹਾਡੇ ਨਾਂ ਤੇ ਆਜ਼ਾਦ ਕਰਾਤੀਆਂ ਤੁਸੀਂ ਏਡੀਆਂ ਜ਼ਮਾਨਤਾਂ ਦਿੰਦੇ ਫਿਰਦੇ ਸਾਡੀਆਂ ਯਾਰ ਤੁਸੀਂ ਮੇਰੇ ਪੁੱਤਰ ਹੋ ਮੈਂ ਕਹਿੰਦਾ ਤੇ ਕੋਈ 19 ਨਾ ਹੋਵੇ ਯਾਰ ਨਹੀਂ ਸਾਡੇ ਕੋਲ ਪੁੱਛ ਕੇ ਤੁਸੀਂ ਕਰਦੇ ਕਿ ਫਰੀਦ ਮੈਂ ਤੇਰੇ ਨਾਂ ਦੀਆਂ ਚਿੜੀਆਂ ਛੱਡਣ ਲੱਗਾ ਅੱਛਾ ਪਿਓ ਨੇ ਪੁੱਤਰਾਂ ਵਾਸਤੇ ਇੱਕ ਮਿਸਾਲ ਨੇਕੀ ਕਰਨੀ ਤੇ ਪੁੱਤਰਾਂ ਨੂੰ ਪੁੱਛ ਕੇ ਕਰੇ ਇੱਕ ਮਿੰਟ ਉਸਤਾਦ ਜੀ ਮੈਂ ਬੁਰਜ ਖਲੀਫਾ ਪਤਾ ਕਿੰਨੀ ਵਾਰੀ ਗਿਆ ਵਾਂ ਹਾਂ ਉੱਥੇ ਚਿੜੀਆਂ ਹੁੰਦੀਆਂ ਹੀ ਨਹੀਂ ਹੁੰਦੀਆਂ ਨੇ ਤਾਂ ਜੀ ਨਹੀਂ ਹੁੰਦੀ ਪਤਾ ਕੀ ਗੱਲ ਹੁੰਦੀਆਂ ਹੋਣਗੀਆਂ ਲੇਕਿਨ ਉਹ ਜਿਹੜੇ ਪਿੰਜਰੇ ਦੇ ਵਿੱਚ ਨਹੀਂ ਨਾ ਪਾ ਕੇ ਛੱਡਦੇ ਜਿਹੜੇ ਉਹ ਨਹੀਂ ਹੁੰਦੇ ਉੱਥੇ ਜਲਾਦ ਜਿਹੜੇ ਉਹ ਮੈਂ ਆਪ ਪਵਾਈਆਂ ਪਿੰਜਰੇ 'ਚ ਪਹਿਲੇ ਮੈਂ ਇੱਕ ਬੰਦੇ ਨੂੰ ਦਿੱਤਾ 500 ਦਿਰਮ ਜੀ ਕਾਹਦੇ ਲਈ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੇ ਚਿੜੀਆਂ ਛੱਡਣ ਵਾਲੇ ਹੈਗੇ ਉਹਨੇ ਕਿਹਾ ਨਹੀਂ ਕੋਈ ਨਹੀਂ ਮੈਂ ਕਿਹਾ ਤੂੰ ਕੀ ਕਰਦਾ ਉਹਨੇ ਕਿਹਾ ਭਾਜੀ ਮੈਂ ਮਜ਼ਦੂਰੀ ਮੈਂ ਉਹਨੂੰ 500 ਦਿਰਮ ਦਿੱਤਾ ਮੈਂ ਕਿਹਾ ਆਪ ਜਿੰਨੀਆਂ ਚਿੜੀਆਂ ਫੜੀਆਂ ਜਾਂਦੀਆਂ ਪਿੰਜਰੇ 'ਚ ਫੜ ਕੇ ਲਿਆ ਮੈਂ ਆਜ਼ਾਦ ਕਰਕੇ ਸਵਾਬ ਖੱਟਣਾ ਉਹਨੇ ਫਿਰ ਮੈਂ ਆਪਣੇ ਬੱਚਿਆਂ ਨੂੰ ਪਿੱਛੇ ਅਸਾਲੇ ਸਵਾਬ ਪਹੁੰਚਾਉਣਾ ਉਹਨੇ ਫਿਰ ਚਿੜੀਆਂ ਫੜ ਕੇ ਲੈਂਦੀਆਂ ਅਗਲੇ ਦਿਨ ਬੁਰਜ ਖਲੀਫਾ ਉਹ ਫਿਰ ਮੈਂ ਉਹਨੂੰ 700 ਦਿਰਮ ਦੇ ਕੇ
ਸਾਰੀਆਂ ਚੜਾਈਆਂ ਟੋਟਲ ਹੋ ਗਿਆ 1200 ਦਿਰਮ ਇਹ ਤੇ 1000 ਦੀ ਪਰਫਿਊਮ 2200 ਦਿਰਮ ਅੱਗੇ ਤੇ ਸੁਣੋ ਹੱਲੇ ਮੈਂ ਕੋ ਤੁਹਾਡਾ ਥੋੜਾ ਪਿਆਰ ਨਹੀਂ ਕਰਦਾ ਮੈਨੂੰ ਤੁਸੀਂ ਪਾਗਲ ਹੋ ਜਾਓਗੇ ਮੈਨੂੰ ਤੁਹਾਡੀ ਕਿੰਨੀ ਫਿਕਰ ਰਹੀ ਆ ਮੈਂ ਜਿਸ ਹੋਟਲ 'ਚ ਰਿਹਾ ਮੈਂ ਕਿਹਾ 1 2 3 4 5 ਬੰਦੇ ਦੇ ਬੈੱਡਾਂ 'ਚ ਨਾ ਹੋਟਲ ਲੈਣਾ ਉਹਨੇ ਕਿਹਾ ਜੀ 1 ਵਾਲਾ 100 ਦਿਰਮ ਦਾ 5 ਵਾਲਾ ਉਹਨੇ ਕਿਹਾ 300 ਦਿਰਮ ਤੁਸੀਂ ਦੇ ਦੇਣਾ ਉਹ ਸਲਮਾਨ ਨੇ ਉਹ ਯਾਰ ਹੀ ਆ ਮੇਰਾ 5 ਬੈੱਡ ਮੈਂ ਕਿਹਾ ਜਿੱਥੇ ਹੋਣ 2 ਕਮਰੇ ਲਏ 1 'ਚ 3 1 'ਚ 2 ਦੋਵਾਂ ਵਾਲਿਆਂ 'ਚ 1 'ਚ ਮੈਂ ਸੁੱਤਾਂ 1 ਤੇਰਾ 1 ਇਹਦਾ 1 ਇਹਦਾ 1 ਇਹਦਾ 4 ਬੈੱਡ ਮੈਂ ਖਾਲੀ ਰੱਖੇ ਕਿ ਮੈਨੂੰ ਫੀਲ ਆਵੇ ਮੇਰੇ ਪੁੱਤਰ ਮੇਰੇ ਕੋਲ ਨੇ ਮੈਂ ਇੱਥੇ ਫਰੀਦ ਹੁੰਦਾ ਇੱਦਾਂ ਉਹਨੇ ਲੰਮੇ ਪੈਣਾ ਸੀ 10 ਦਿਨ ਮੈਂ ਉੱਥੇ ਰਿਹਾ ਉਹ ਯਾਰ ਇਹਦੇ 'ਚ ਸਾਡਾ ਕੀ ਫਾਇਦਾ ਵਾ ਸਾਨੂੰ ਪਤਾ ਤਾਂ ਲੱਗੇ ਬੈੱਡ ਤੁਸੀਂ ਲਏ ਆ ਸੁੱਤੇ ਤੁਸੀਂ 1 ਬੈੱਡ ਤੇ 5 ਬੈੱਡ ਲਏ ਸਾਨੂੰ ਕੀ ਫਾਇਦਾ ਭਾਜੀ ਮੈਂ ਇਹ ਤੇ ਮੈਨੂੰ ਇਹ ਸੀ ਕਿ 5 ਮੇਰੇ ਨਾਲ ਨਾਲ ਨੇ ਉੱਤੇ ਭਾਵੇਂ ਨਹੀਂ ਹੈਗੇ ਪਰ ਬੈੱਡ ਤੇ ਮੈਂ ਉਹਨਾਂ ਦੇ ਰਿਜ਼ਰਵ ਕਰਾ ਲਏ ਸੀ ਨਾ ਕਿਸੇ ਹਸਪਤਾਲ 'ਚ ਪੈ ਜਾਂਦੇ ਲੰਮੇ ਆਲੇ ਦੁਆਲੇ ਬੈੱਡ ਠਹਿਰ ਜਾ ਨਾ ਠਹਿਰ ਜਾ ਹੱਲੇ ਇੰਨਾ ਖਰਚਾ ਕਰਨ ਦੀ ਕੀ ਜ਼ਰੂਰਤ ਸੀ ਅੱਛਾ ਠਹਿਰ ਭਾਜੀ ਸਿੰਗਲ ਬੈੱਡ ਵਾਲਾ 100 ਦਿਰਮ 310 ਸਿੰਗਲ ਬੈੱਡ ਨਹੀਂ ਨਾ ਅੱਲਾ ਦੇ ਬੰਦੇ ਮੈਂ ਫੀਲ ਕਰ ਰਿਹਾ ਸੀ ਮੇਰੇ ਨਾਲ ਨੇ ਮੈਂ ਇਕੱਲਾ ਮੇਰੇ ਮੈਨੂੰ ਦਿਲ ਨਹੀਂ ਸੀ ਲੱਗ ਰਿਹਾ ਮੈਂ ਵੀ ਜਾ ਕੇ ਕਹਿੰਦਾ ਤਾਂ ਫਰੀ ਸੋ ਗਏ ਹੋ ਅੱਛਾ ਓਕੇ ਇੱਧਰ ਫੈਸਲ ਤੂੰ ਸ਼ਰਾਰਤਾਂ ਨਾ ਕਰ ਮੈਂ ਇੱਦਾਂ ਕਰਦਾ ਕਰਦਾ ਦਿਨ ਕੱਢੇ ਤੁਹਾਡੀ ਯਾਦ 'ਚ ਕਿੰਨੀ ਮੈਂ ਮੁਹੱਬਤ ਕਰਦਾ ਹੋਵਾਂਗਾ ਤੁਹਾਡਾ ਉਹ ਮੇਰੇ ਮੌਲਾ ਉਹ ਬੈੱਡਾਂ ਨੂੰ ਵੇਖ ਵੇਖ ਤੁਸੀਂ ਸਾਡਾ ਹਾਂ ਬੈੱਡ ਯਾਰ ਕਈ ਬੰਦੇ ਇੱਦਾਂ ਕਈਆਂ ਦੇ ਮਾਂ ਬਾਪ ਫੌਤ ਹੋ ਜਾਂਦੇ ਨੇ ਵਿਚਾਰੇ ਉਹਨਾਂ ਦੀਆਂ 4 ਪਾਈਆਂ ਵੇਖ ਕੇ ਉਹਨਾਂ ਦੇ ਲਾਗੇ ਬੈਠੇ ਹੁੰਦੇ ਕਿ ਸਾਡੀ ਮਾਂ ਇੱਥੇ ਲੰਮੇ ਪੈਂਦੀ ਭਾਜੀ ਮੈਸੇਜ ਦਾ ਤੁਸੀਂ ਸਾਨੂੰ ਜਵਾਬ ਨਹੀਂ ਦਿੱਤਾ ਕੋਈ ਉਹ ਲੈਦਾ ਕਹਿੰਦਾ ਤੁਸੀਂ ਜਦੋਂ ਮੇਰੇ ਕੋਲ ਸੀ ਤੇ ਮੈਂ ਕਹਿੰਦਾ ਜਵਾਬ ਦਿੰਦਾ ਇਹਦਾ ਬੈੱਡ ਮੈਂ ਦੇਖਿਆ ਮੈਂ ਰੋਜ਼ ਆਪਣੇ ਹੱਥੀਂ ਸਾਫ ਕਰਦਾ ਸਾਂ 300 ਦਿਰਮ ਉਹਦਾ ਹੋ ਗਿਆ ਇੱਕ ਮਿਸਾਲ 10 ਦਿਨ ਮੇਰੇ 3000 ਦਿਰਮ 3000 ਦਿਰਮ ਤੇ 2100 ਦਿਰਮ 5100 ਦਿਰਮ ਹੋ ਗਿਆ ਅੱਗੇ ਸੁਣੋ 4700 ਰਹਿ ਗਿਆ ਹੀ ਤੇਰਾ ਆਪਾਂ ਦਿਰਮ ਕਰਕੇ ਡਿੱਗ ਪੈਣਾ ਜੀ ਇਹਨਾਂ ਨੂੰ 5100 ਦਿਰਮ ਠੀਕ ਆ ਜੀ ਰੋਟੀ ਮੈਂ ਇਕੱਲੇ ਨਹੀਂ ਖਾਧੀ ਮੈਂ ਸਿੰਗਰ ਬਰਗਰ ਬਰਗਰ ਲਿਆ ਮੈਂ 5 ਲੈਣਾ ਸਾਂ ਉਹ ਕਿਉਂ ਇੱਕ ਮੈਂ ਖਾਣਾ ਸਾਂ 4 ਮੈਂ ਉੱਥੇ ਗਰੀਬਾਂ ਨੂੰ ਖੋਣਾ ਸਾਂ ਤੁਹਾਡੇ ਨਾਂ ਦੇ ਆ ਫੈਸਲ ਦੇ ਨਾਂ ਦਾ ਤੂੰ ਖਾ ਲਾ ਇਹਦੇ ਨਾਂ ਦਾ ਤੂੰ ਖਾ ਇੰਜ ਤੁਹਾਨੂੰ ਮੈਂ 1 ਸਕਿੰਟ ਕਿਤੇ ਭੁੱਲਿਆ ਨਹੀਂ ਸਾਡੇ ਤੇ ਇੱਥੇ ਇਮਲੀ ਨੂੰ ਸੱਪ ਬਣਾ ਕੇ ਤੇ ਉੱਥੇ ਜ਼ਿੰਗਰ ਬਰਗਰ ਵੰਡ ਰਹੇ ਠੀਕ ਆ ਜੀ ਉਹ ਮੈਂ 10 ਦਿਨ ਚ ਨਹੀਂ ਰੋਟੀ ਖਾਧੀ ਮੈਂ 5 ਬੰਦਿਆਂ ਦੀ ਮੰਗਾ ਕੇ 1 ਦੀ ਖਾਣਾ ਸਾਂ 4 ਮੈਂ ਉੱਥੇ ਗਰੀਬਾਂ ਨੂੰ ਖੋਣਾ ਸਾਂ ਤੁਹਾਨੂੰ ਅਸਾਲੇ ਸਵਾਬ ਪਹੁੰਚਾਉਣ ਲਈ ਓਏ ਉਹਦਾ ਸਾਨੂੰ ਕੀ ਫਾਇਦਾ ਉਹ ਤੁਹਾਨੂੰ ਸਵਾਬ ਤੁਸੀਂ ਫਿਰ ਨਹੀਂ ਰਹੇ ਸਿਹਤਮੰਦ ਠੀਕ ਹੋ ਗਿਆ ਜੀ ਕਿੰਨਾ ਹੋ ਗਿਆ ਇਹ 8-9 ਹਜ਼ਾਰ ਟੋਟਲ ਤੁਹਾਡੇ ਤੇ ਨਾ ਮੈਂ 17,000 ਦਿਰਮ ਲਾਇਆ ਉਹ ਮੈਂ ਬਾਅਦ ਚ ਕਰਦਾ ਸਾਹਿਬ ਅਬੇ ਆ ਵੀ ਵਿੱਚੋਂ ਕੱਢ ਲਾਂਗੇ ਠਹਿਰੋ ਕਿ ਤੁਹਾਡੇ ਲਈ ਕੋਈ ਸ਼ੈ ਲੈ ਕੇ ਆਉਂਦੇ ਸਨ ਨਹੀਂ ਦਿੰਦਾ ਓ ਯਾਰ ਮੇਰੀ ਗੱਲ ਸੁਣ ਨਾ ਮੇਰੀ ਗੱਲ ਸੁਣ ਮੈਂ ਤੁਹਾਨੂੰ ਸਾਰਾ ਹਿਸਾਬ ਕਰਦਾ ਦੇਖੋ ਹਿਸਾਬ ਮਾਵਾਂ ਧੀਆਂ ਦਾ ਵੀ ਹੁੰਦਾ ਤੁਸੀਂ ਜਿੰਨੇ ਮੇਰੇ ਤੇ ਪੈਸੇ ਲਾਏ ਮੈਂ ਬੋਲਿਆ ਤੁਸੀਂ ਰੀਜ਼ਨੇਬਲ ਹਾਲਾਂਕਿ ਵਿੱਚ ਨਹੀਂ ਸੀ ਲੇਕਿਨ ਮੈਂ ਜਿਹੜੇ ਲਾ ਰਿਹਾ ਮੈਂ ਤੁਹਾਡੀ ਮੁਹੱਬਤ 'ਚ ਦੇਖੋ ਮੇਰੀ ਗੱਲ ਸੁਣੋ ਮੈਂ ਸਾਬਣ ਮੁੱਕਾ ਮੈਂ 5 ਸਾਬਣ ਲਿਆਂਦੇ ਲਓ ਜੀ 5 ਸਾਬਣ ਕਾਦੇ ਲਈ ਇੱਕ ਆਪਣਾ 4 ਤੁਹਾਡੇ ਮੈਂ ਲੈਦਾ ਲੈਦਾ ਰੱਖੇ ਆ ਫਰੀਦ ਦਾ ਉਹਦਾ ਤੂੰ ਕਿੱਥੇ ਜੇ ਉਹ ਨਹੀਂ ਨਾਤੇ ਮੋਤੇ ਛੱਡ ਗਿਆ ਕਿ ਮੈਂ ਜਿੰਨੀ ਦਰ ਰਿਹਾ ਉਹਨੀ ਦਰ ਤੇ ਮੈਂ ਫੀਲ ਲੈਂਦਾ ਰਿਹਾ ਨਾ ਤੇ ਸਾਨੂੰ ਉਹਦਾ ਫਾਇਦਾ ਕੀ ਉਸ ਤੋਂ ਉਹ ਤੇਰੇ ਨਾਂ ਦਾ ਸਾਬਣ ਉੱਤੇ ਪਿਆ ਸੀ ਉੱਥੇ ਹਰ ਸ਼ਾਇਦ ਤੁਸੀਂ 5-5 ਤੁਹਾਨੂੰ ਉੱਥੇ ਮਸਤ ਨਹੀਂ ਸਮਝਣ ਲੱਪੇ ਨਹੀਂ ਮੈਂ ਕਿਹਾ ਮੇਰੇ ਉਹ ਜਿਵੇਂ ਸਿਗਰਟਾਂ ਨੇ ਨਹੀਂ ਗੱਲ ਸੁਣੀ ਇੱਕ ਬੰਦਾ ਬੈਠਾ ਸਿਗਰਟ ਪੀ ਰਿਹਾ ਹੁੰਦਾ 2 ਹਾਂਜੀ ਇੱਕੋ 2 ਪੀ ਰਿਹਾ ਉਹ ਕਹਿੰਦਾ 2 ਕਿ ਪੀ ਰਿਹਾ ਕਹਿੰਦਾ ਇੱਕ ਮੈਂ ਆਪਣਾ ਪੀ ਰਿਹਾ ਇੱਕ ਮੈਂ ਆਪਣੇ ਯਾਰ ਦਾ ਪੀ ਰਿਹਾ ਉਹਦੀ ਯਾਦ 'ਚ ਥੋੜੇ ਦਿਨ ਬਾਅਦ ਬੰਦਾ ਲੰਘਦਾ ਇੱਕੋ ਹੀ ਸਿਗਰਟ ਪੀ ਰਿਹਾ ਹੁੰਦਾ ਕਹਿੰਦਾ ਕਿਉਂ ਕਹਿੰਦਾ ਯਾਰ ਮੈਂ ਛੱਡਤੇ ਆ ਉਹ ਪੀ ਰਿਹਾ ਤੇ ਉਹ ਮੈਂ ਉਹਦੇ ਪੀ ਰਿਹਾ ਜਿਹੜੇ ਬੈੱਡ 5 ਲਏ ਨੇ 300 ਦਿਰਮ ਉਹਦਾ ਫਿਰ ਤੁਹਾਡੀ ਯਾਦ ਚ ਲੈ ਮੈਂ ਇਕੱਲਾ ਪਾਗਲ ਹੋ ਜਾਣਾ ਸੀ ਯਾਦ ਚ ਮਤਲਬ ਅਸੀਂ ਕਿਤੇ ਇੰਤਕਾਲ ਸਾਡੀ ਬਰਸੀ ਸੀ ਕੀ ਹੋ ਗਿਆ ਤੁਸੀਂ ਸਾਡੇ ਯਾਦ ਚ ਲੈਂਦੇ ਰਹੇ ਇਹ ਕਿਹੜੀ ਗੱਲ ਕਰਨ ਦੇ ਤੁਸੀਂ ਕੋਈ ਜੀਨ ਦਿਰਮ ਨਹੀਂ ਰਿਹਾ ਅੱਲਾ ਦੀ ਸਾਨੂੰ ਨਾਲ ਹੀ ਲੈ ਜਾਂਦੇ ਫਿਰ ਨਾਲ ਹੀ ਸੀ ਤੁਸੀਂ ਮੇਰੇ ਤੁਸੀਂ ਫੀਲ ਤੇ ਕਰੋ ਤੁਹਾਨੂੰ ਰਾਤ ਨੂੰ ਸੁੱਤੇ ਪਏ ਫੀਲ ਨਹੀਂ ਆਇਆ ਕਿ ਸਤਾ ਸਾਡੇ ਕੋਲ ਆ ਅਸੀਂ ਫੀਲ ਇਸੇ ਚ ਹੀ ਰਹੇ ਜਿਉਂ ਫਿਰ ਅੱਛਾ ਉਸ ਤੋਂ ਬਾਅਦ ਵਾਪਸੀ ਦੀਆਂ ਮੈਂ 5 ਟਿਕਟਾਂ ਲਈਆਂ ਜਹਾਜ਼ ਦੀਆਂ ਲੈ 5 ਗੱਲ ਨਹੀਂ ਉਸਤਾਦ ਜੀ ਗੱਲ ਕਰਨ ਲਈ ਆ ਤਾਂ ਗੱਪ ਵਾ ਮੈਂ ਨਹੀਂ ਇਸ ਚੀਜ਼ ਨੂੰ 5 ਟਿਕਟਾਂ ਇੱਥੇ ਮੈਂ ਨਹੀਂ ਮੰਨਦਾ ਉਸਤਾਦ ਜੀ 5 ਟਿਕਟਾਂ ਲਈਆਂ ਤੇ ਰਿਜ਼ਰਵ ਕਰਾ ਕੇ ਤੁਸੀਂ ਇਕੱਲੇ ਹੀ ਆ ਗਏ ਹੈ ਮੈਂ ਮੰਨਦਾ ਹੀ ਨਹੀਂ ਉਸਤਾਦ ਫੈਸਲ ਹੋ ਰਿਹਾ ਹਾਂਜੀ ਉਸਤਾਦ ਜੀ ਤੁਸੀਂ ਦੋ ਜਣਿਆਂ ਨੇ ਆਹੋ 1500 ਦੀਆਂ ਜਲੇਬੀਆਂ ਖਾਧੀਆਂ ਮੈਂ ਮੰਨਿਆ ਨੇ ਉਸਤਾਦ ਜੀ ਉਹ 1500 ਸੀਗਾ ਤੇ 1500 ਰੁਪਈਆ ਬਣ ਠਹਿਰ ਜੋ 1,00,000 ਰੁਪਏ ਦੀ ਟਿਕਟ ਆ ਵਾਪਸੀ ਦੀਆਂ 50,000 ਦੀ ਟਿਕਟ ਆ 4 ਟਿਕਟਾਂ ਤੁਹਾਡੀਆਂ ਸੀ 2,00,000 ਉਹ ਪਾ ਲਓ 2,00,000 ਬਣਦਾ ਵਾ ਕੋ ਤਕਰੀਬਨ 2,000 ਦਿਰਮ ਹੋਵੇ ਹਾਂ 2,000 ਦਿਰਮ ਛੱਡੋ ਨਹੀਂ 70,000 ਦਾ ਦਿਰਮ 1,000 ਦਿਰਮ 70,000 2,000 ਦਿਰਮ 1,00,000 3,000 ਦਿਰਮ ਬਣਦਾ ਅੱਛਾ ਚਲੋ ਬਾਕੀ ਮੈਂ ਵੈਸੇ ਛੱਡ ਦੇਣਾ ਬਾਕੀ ਮੈਂ ਪੱਲਿਓਂ ਖਰਚਾ ਕਰ ਲੈਣਾ 20,000 ਦਿਰਮ 1 ਮਿੰਟ ਠਹਿਰ ਜਾਓ 20,000 ਦਿਰਮ ਦੇ ਵਿੱਚੋਂ ਕੱਢੋ
एक लख कि हजार पाकिस्तानी कितने मोबाइल दे जरा भी हजार दिन बाद मैं तुम दसदा ना भी दस हजार दिन 7 लाख बन 14 लाख रुपया बन गया 14 लाख के विचों 1.25 लाख ताड़ा कर दे 1.5 लाख पिछे रह गया जनाब जी 12.5 लाख 12.5 लाख रुपया मैं दो अल्लाह खैर है खुदा दो बंदे के गल कर दे ना कुछ सानू फायदा ना नुकसान तुसी 5 टिकटां लईयां तो तुसी उत्थे किसे कोल वेच के पैसे लै लैंदे सानू तो पता हुंदा उत्थे बैड ले थानू कोई फायदा पता किन्नी अच्छी फील आई मैं जे बैठा लाइन से 1 2 3 4 मैं फ्री तुमने खाना खा लिया मैं उनू एयर होस्टेस नू भी किया कहिंदी यहां पे कोई भी नहीं है मैं कहा तू खाना रख मैं देख रहा बैठा फरीद नू मैं देख रहा फैसल नू आ दानिश बैठा जेड़ा चारा दे खाने मैं रखवाए अगे खाली सीटा दे उस बाद मैं भी क्या फ्री दी जल्दी जल्दी खा लो फ्री ऐसे फ्री चाय पीनी वो मेरे नाल हैरान कहिंदी इतनी मुहब्बत करते आप इतनी एयर होस्टेस दीआं अखां च पानी आ गया कहिंदी इतनी मुहब्बत मैंने नहीं देखा कभी किसी को मैं क्या ये सजाद जानी की आल औलाद है पैसे ले लेना साडे कोलो तुसी ओ पूरे ज्यादा वाले क्लैप कीती उन्होंने जदों मैं कह ये फैसल फरीद दानिश अब्बास की 4 सीटें हैं मैं उन्हें बैठा देख रहा हूं वो देखो फरीद ये कर रहा है वो देखो बारी बारी वाली साइड पे दानिश बैठा हुआ है ਉਹ ਮੈਨੂੰ ਕਿਹਾ ਉਹ ਕਲੈਪ ਹੋਈ ਜਹਾਜ਼ ਚ ਬੰਦੇ ਰੋ ਪਏ ਉਹਨਾਂ ਨੇ ਕਿਹਾ ਉਦਾਂ ਦੀ ਮੁਹੱਬਤ ਓਏ ਹੋਏ 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 ਨਹੀਂ ਉਹਨਾਂ ਵੀ 5-5 ਸੀਟਾਂ ਲੈ ਕੇ ਛੱਡੀਆਂ ਸੀ ਨਹੀਂ 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 ਮੈਂ ਮੁਹੱਬਤ ਮੈਂ ਕਿਹਾ ਮੈਂ ਇਕੱਲਾ ਨਹੀਂ ਜਾ ਸਕਦਾ ਉਹਨਾਂ ਤੋਂ ਬਗੈਰ ਓ ਯਾਰ ਇਕੱਲਾ ਨਹੀਂ ਜਾ ਸਕਦਾ ਖੁਦਾ ਦੇ ਉਹ ਬੰਦੇ ਉਹ ਇਹਦਾ ਫਾਇਦਾ ਤਾਂ ਦੱਸੋ ਯਾਰ ਮੇਰੀ ਗੱਲ ਸੁਣ ਤੇਰੀ ਅੰਮੀ ਨੇ ਫਰੂਟ ਖਾਧਾ ਮੇਰੇ ਨਾਲ ਦਾ ਉਹਨੂੰ ਫਾਇਦਾ ਹੋਇਆ ਹਾਂ ਉਹਨੂੰ ਹੋਇਆ ਨਾ ਫਾਇਦਾ ਇਦਾਂ ਹੀ ਮੈਨੂੰ ਫਾਇਦਾ ਹੋਇਆ ਮੈਨੂੰ ਲੱਗਾ ਤੁਸੀਂ ਮੇਰੇ ਨਾਲ ਦੇਖ ਮੈਨੂੰ ਦੱਸੋ ਨਾ ਤੂੰ ਲੋਹਾ ਫਿਲਮ ਵੇਖੀ ਆ ਮੇਰੇ ਤੋਂ ਬਗੈਰ ਵੇਖੀ ਆ ਤੂੰ ਇਹ ਸੋਚਿਆ ਹੀ ਹੋਏਗਾ ਨਾ ਕਿ ਉਸਤਾਦ ਦੇ ਪੱਲਿਓ ਵੇਖ ਰਹੇ ਉਸਤਾਦ ਇੱਥੇ ਹੀ ਆ ਇੰਜ ਹੀ ਮੈਂ ਉੱਥੇ ਬੈੱਡ ਲੈ ਕੇ ਹੋਟਲ 'ਚ ਤੁਹਾਡੇ ਦੇਖਿਆ ਵੀ ਦਾਨਿਸ਼ ਇੱਥੇ ਹੀ ਹੈ ਹਾਂ ਨਹੀਂ ਨਹੀਂ ਇਹ ਤੇ ਛੱਡਦੇ ਪਾੜਦੇ ਅੱਗੋਂ ਦੱਸੋ ਕੀ ਕਰਨਾ 12.5 ਲੱਖ ਦਾ ਮੈਂ ਦੱਸਦਾ ਤਨਖਾਹ 'ਚ ਕਟਾਉਣੇ ਆ ਕਿ ਕੀ ਕਰਨਾ ਇੱਕ ਵਾਰੀ ਦੇ ਜਿਹੜਾ ਟੋਟਲ ਖਰਚਾ ਸੀ ਨਾ 4500 ਰੁਪਏ ਸੀਗਾ ਟੋਟਲ ਹਾਂ 4500 ਰੁਪਏ ਫਿਰ ਤੇ ਤੁਹਾਡੇ ਹਲ ਬਣ ਗਿਆ ਮੇਰਾ 14 ਲੱਖ ਤੇ 13 ਲੱਖ ਤੇ 90000 ਤੇ ਕਿੰਨੇ ਬਣ ਗਏ ਨਹੀਂ ਨਹੀਂ ਸਤਾ ਜੀ ਉਹ ਜੈਨੂਇਨ ਜੈਨੂਇਨ ਖਰਚਾ ਸੀ ਦੁੱਧ ਦਾ ਖਰਚਾ बिल बनाया ना फरीद कह रहे जैक लग गया ले लांगे नहीं तो 4500 रुपया टोटल बने लोहा फिल्म किन्ने दी वैसे ही लगा सी मेरा 1400 रुपया खर्चा होया 1400 रुपया टोटल जे इन्हां गल्लां ते आईए ना फिर तो असं तुम गुना ही नहीं सकते किन्ने साल मैं हाले तुम सिर्फ 3-4 चीजा दसिया 14 लाख हो गया मैं तुम पता बुर्ज खलीफा उत्ते गया 5 टिकटा लैके मैं डेजर्ट गया डेजर्ट च 5 गड्डियां मैं कराइया एक मेनू लैके जा रही थी 4 खाली जा रही मैं कला ही शोर पास फ्रीद पढ़ के रख ओ फैसल इंज मैं इंज फील किया तुम दुबई मैं ਲੜਨ ਦੇ ਪੈਦਾ ਹਰਾਮ ਖਾਣ ਵਾਲੇ ਤੇ ਮੈਂ ਜਿਹੜਾ ਹੱਕ ਲਾਲਦੇ ਤੁਹਾਡੇ ਤੇ ਲਾਏ ਮੈਂ ਤੁਹਾਡੇ ਕੋਲ ਮੰਗੇ ਤਾਂ ਨਹੀਂ ਮੈਂ ਤਾਂ ਨਹੀਂ ਕਹ ਰਿਹਾ ਦਿਓ ਤੁਸੀਂ ਮੇਰੇ ਨਾਲ ਹਿਸਾਬ ਕੀਤਾ ਤੇ ਫਿਰ ਮੈਂ ਤੁਹਾਡੇ ਨਾਲ ਹਿਸਾਬ ਕੀਤਾ ਤੁਸੀਂ ਚੁੱਪ ਕੀਤੇ ਰਹਿੰਦੇ ਮੈਂ ਵੀ ਚੁੱਪ ਕੀਤੇ ਰਹਿਣਾ ਬਾਜੀ ਜੇ ਤੁਸੀਂ ਸਾਨੂੰ ਕਹੋਗੇ ਨਾ ਕਿ ਦੋ ਤੇ ਅਸੀਂ ਦਾਂਗੇ ਤਾਂ ਉਹ ਯਾਰ ਤੂੰ ਕਿਤੋਂ ਦੇਣੇ ਮੇਰੇ ਕੋਲ ਪਲਾਨ ਤਿਆਰ ਮੈਨੂੰ ਕੀ ਪਤਾ ਸੀ ਕਿ ਪਿੱਛੋਂ ਲੋਹਾ ਫਿਲਮ ਵੇਖੀ ਜਾ ਰਹੀ ਹੈ ਉਹ ਤਾਂ ਲੋਹਾ ਵੇਖ ਲਈ ਕੀ ਹੋ ਗਿਆ ਮਤਲਬ ਓਏ ਯਾਰ ਲੋਹਾ ਉਹਨੇ ਫਿਲਮ ਵੀ ਉਹਨੇ ਵੇਖੀ ਵੇਖੀ ਲੋਹਾ ਉਹਨੂੰ ਪਤਾ ਮੈਨੂੰ ਪਸੰਦ ਆ ਮੈਂ ਵੇਖੀ ਲੋਹਾ ਫਿਲਮ ਉਹਨੇ ਮੇਰੀ ਯਾਦ 'ਚ ਲੋਹਾ ਵੇਖੀ ਮੈਂ ਉਹਦੀ ਯਾਦ ਦੇ ਵਿੱਚ ਉੱਥੇ ਟਿਕਟਾਂ ਨਹੀਂ ਲੈ ਸਕਦਾ ਡੈਜ਼ਰਟ ਦੀਆਂ ਉਸਤਾਦ ਜੀ ਗੱਲ ਪਤਾ ਕੀ ਹੈ ਇਹ ਤੁਸੀਂ ਪੈਸੇ ਦੇ ਦਿਓ ਨਹੀਂ ਤੇ ਵੀਡੀਓ ਕਲਿੱਪ ਹੋਰ ਵੀ ਆ ਸਕਦੇ ਜੀ ਨਹੀਂ ਉਹ ਲੋਕਾਂ ਨੇ ਆਪਣੇ ਸ਼ੌਕ ਨਾਲ ਬਣਾਏ ਨੇ ਹੁਣ ਤੂੰ ਉਹਦੇ ਤੇ ਐਵੇਂ ਸ਼ੁਗਲ ਕਰ ਦਿੱਤਾ ਉਹ ਜਿਹੜੇ ਕਲਿੱਪ ਬਣੇ ਉਸਤਾਦ ਜੀ ਲੋਕਾਂ ਨੇ ਜੈਨੂਇਨ ਕਿਹਾ ਵਾ ਹੁਣ ਤੁਹਾਨੂੰ ਚਾਹੀਦਾ ਡਰ ਜਾਓ ਬਸ ਆਪਣੇ ਆਪ ਨੂੰ ਜਿੰਨਾ ਮੈਂ ਨਹੀਂ ਡਰਨਾ ਮੇਰੀ ਸਿੱਧੀ ਸਿੱਧੀ ਜੰਗ ਆ ਉਹਨਾਂ ਲੋਕਾਂ ਨਾਲ ਲੋਕੀ ਸਮਝਦੇ ਨੇ ਇਹ ਡਰਾਮਾ ਕਰਦੇ ਆ ਇਹ ਟਾਈਮ ਸਿਰ ਆਉਂਦੇ ਜਾਨੀ ਭਾਈ ਵੈਸੇ ਵੀਡੀਓ ਬਣਾਉਂਦੇ ਆ ਖੁਦਾ ਦੀ ਕਸਮ ਖਾ ਕੇ ਕਹਿੰਨਾ
कोई टाइम हाँ इन्ना जरूर हो जाता कि जो चार बजे होंगे ना तो मैं इन्ना कह दिना कभी कभी कि फरीद साहब असी वीडियो बनाई चलो आ तो गए हो जरा दोबारा अंदर आ जाओ असी वीडियो जरा अच्छी बना ली ए जरूर होंगे वा लेकिन अगो इन्होंने नहीं पता आ जी आखिरी वीडियो जिद मैं फुल पत्तियां मंगाइया इनू कसम चुका के पुछ लो कि इन्होंने इन पता से होना नहीं जी पता कि अंदर की गेम चलन दी ठीक है जी ये गल गलत है तुम ये ना समझा करो जी असं ड्रामे करते हैं या मैं जान नहीं मैं सची मुची हक हलाल का दुखी हाँ उस्ताद जी उस दिन असी रिकॉर्डिंग करनी सी दूसरे चैनल की तुसी कहा सी रात लेट आना दिलां नूं हथ पे जिन्हें फैसल फरीद नूं मारिया ओह बंदा किड्डा कु वड्डा जिगरा ओहदा जल्लादा वाला हैगा ऐ दसो जरा अच्छा उन्होंने कीता पता की है मैं तुहानूं मैसेज दिखा दिंदा तुहानूं उन्होंने वीडियो भेजी आ मैनूं उन्होंने मैसेज कीता जानी भाजी खिच के रखो चलो जी तुसी सानू दिखाओ प्रूफ दिओ जे मैं दिखा दियां जे मैं तुहानू ईमेल दिखा दियां यार मेरी गल सुनो उस्ताद जी ओह मुहब्बत करदे सीगे असी जान के नहीं बनवाए कोई भाई अच्छा मुहब्बत करदे आ हां जी लो जी मेरी गल सुनो मैं तुहानू एक गल कहती आ हलफन के देर ना आउंदे ने अगो वीडियो क्योंकि बनाउणी हुंदी ना उहदे च और 60% ठीक हुंदा है कम मैं खिझिया हुंदा वैसे थोड़ा जिहा कर लैंदे आ कि यार कर लेकिन है 60% सही गल आ हुण जिहड़े बंदिआं नूं लगदा है कि भी मैं सही इन्हों कुटता इन्हों जल्दी आना चाहिए है सारी दिहाड़ी नंघा के सुबह 11-12-1 बजे आना चाहिए है ताकि दिने दिने असी 6-7 बजे तक कर लीए वो हुण मैनू वीडियो बना के भेजन हाँ जी ठीक है जी वीडियो मैं नवा ईमेल बना लिया वा उहदे अपने इतिहास से मैं नवा ईमेल बना लिया उहदा मैनू नाम उहदा ईमेल भुल गया क्योंकि ए ईमेल दे विच ना मेरे काफ़ी अकाउंट शाउंट लगे ने वह विचे मिक्स होते मैनू वह भी नहीं पता लगता ਤੇ ਮੈਂ ਇੱਕ ਈਮੇਲ ਬਣਾਇਆ ਸਪੈਸ਼ਲ ਤੁਹਾਡੇ ਵਾਸਤੇ ਫੈਨਸ ਵਾਸਤੇ ਉਹਦਾ ਫੈਨਸ ਵਾਸਤੇ ਅੱਛਾ ਉਹਦਾ ਮੈਂ ਨਾ ਥੱਲੇ ਲਿੰਕ ਦੇ ਦਾਂਗਾ ਇਹਦੇ ਉੱਪਰ ਇੱਥੇ ਲਿਖ ਦਾਂਗਾ ਮੈਂ ਠੀਕ ਹੈ ਨਾ ਉੱਥੇ ਉੱਤੇ ਮੇਲ ਕਰਨੀ ਕੋਈ ਵੀ ਨੈਕਸਟ ਟਾਈਮ ਕਰਨੀ ਤੇ ਉਹ ਜਿਹੜਾ ਤੇ ਹੁਣ ਮੈਂ ਦੱਸਦਾ ਉੱਤੇ ਤੁਸੀਂ ਵੀਡੀਓ ਪੇ ਬਣਾ ਕੇ ਭੇਜਣੀ ਉਸ ਈਮੇਲ ਤੇ ਜਿਹੜੇ ਲੋਕ ਇਹ ਮੇਰੇ ਹਲਦੇ ਨੇ ਦੇਖਦੇ ਆ ਬਹੁਤਾ ਔਰ ਮੈਨੂੰ ਮਾਰਾਂ ਦੇ ਤਰੀਕੇ ਦੱਸਣੇ ਨੇ ਕਿ ਜਾਨੀ ਭਾਈ ਇਹਨਾਂ ਨੂੰ ਇੰਜ ਪੁੱਠਾ ਟੰਗੋ ਠੀਕ ਹੈ ਪੁੱਠਾ ਟੰਗ ਇੱਦਾਂ ਕਰੋ ਜਾਨੀ ਭਾਈ ਇਹਨਾਂ ਨੂੰ ਕੰਨ ਫੜਾ ਕੇ ਉੱਤੇ ਇੱਟਾਂ ਰੱਖੋ ਹਾਂ ਮੈਨੂੰ ਤਰੀਕੇ ਵੀ ਦੱਸਣੇ ਨੇ ਸਜ਼ਾਵਾਂ ਦੇ ਉਹ ਮੈਂ ਅਪਲਾਈ ਕਰਾਂਗਾ ਸਾਰੀਆਂ ਲੇਕਿਨ ਤੁਸੀਂ ਨਹੀਂ ਚਾਹੁੰਦੇ ਕਿ ਯਾਰ ਠੀਕ ਹੋ ਸਾਗ ਭਾਈ ਨੇ ਕਿਹਾ ਕਿ ਮੈਨੂੰ ਸਜਾਦ ਜਾਨੀ ਦਾ ਸਿਰਫ ਨਾਂ ਦੱਸ ਦੇ ਉਸ ਬੰਦੇ ਨੂੰ ਮੈਂ ਹੁਣ ਕੀ ਕਰਾਂ ਮੇਰਾ ਨਾਂ ਤੂੰ ਕਿਸੇ ਨੂੰ ਦੱਸਿਆ ਨਾ ਕਿ ਸਜਾਦ ਜਾਨੀ ਹੈ ਮੈਂ ਤੈਨੂੰ ਛਿੱਤਰ ਮਾਰ ਦੇਣੇ ਚਲੋ ਉਸਤਾਦ ਜੀ ਅਸੀਂ ਕੱਲ ਤੋਂ ਨਾ 12 ਵਜੇ ਆਵਾਂਗੇ ਲੇਕਿਨ ਸ਼ਾਮੀ ਸਾਨੂੰ 7 ਵਜੇ ਛੁੱਟੀ ਦੇ ਦੇਣੀ ਓਕੇ ਡਨ 7 ਵਜੇ ਤੋਂ ਪਹਿਲੇ ਦੇ ਦੇਾਂਗੇ ਮੇਰੀ ਗੱਲ ਸੁਣੋ ਅਗਲੀ ਗੱਲ ਹੁਣ ਅਗਲੀ ਸੁਣ ਲਓ ਉਹ ਸਾਰੇ ਵੀਡੀਓ ਭੇਜਣ ਮੈਨੂੰ ਬਣਾ ਕੇ ਦੂਜੀ ਗੱਲ ਜਿਹੜੀ ਮੈਂ ਬਹੁਤ ਇਸ ਟਾਈਮ ਨਾ ਮਤਲਬ ਜ਼ਰੂਰੀ ਸਮਝਦਾ ਪਿਆ ਕਿ ਉਹ ਗੱਲ ਹੋਣੀ ਚਾਹੀਦੀ ਹੈ ਸਾਡੇ ਨਾਲ ਤੁਸੀਂ ਲੋਕ ਬਹੁਤ ਪਿਆਰ ਕਰਦੇ ਹੋ ਇਹਨਾਂ ਨਾਲ ਬਹੁਤ ਪਿਆਰ ਕਰਦੇ ਹੋ ਇਕੱਠਿਆਂ ਨਾਲ ਬਹੁਤ ਪਿਆਰ ਕਰਦੇ ਹੋ ਸੈਪਰੇਟ ਸੈਪਰੇਟ ਬਹੁਤ ਪਿਆਰ ਕਰਦੇ ਹੋ ਫੈਸਲ ਦੇ ਫੈਨ ਲੈਦਾ ਫਰੀਦ ਦੇ ਲੈਦਾ ਇਹਦੇ ਲੈਦਾ ਠੀਕ ਹੈ ਔਰ ਤੁਸੀਂ ਆਪਣੀ ਮੁਹੱਬਤ ਨਾਲ ਬਹੁਤ ਸਾਰੀ ਔਫਰਸ ਕਰਦੇ ਹੋ ਮੁਹੱਬਤ ਨਾਲ ਕਿ ਯਾਰ ਮੈਂ ਚਾਹੁੰਦਾ ਕਿ ਫਰੀਦ ਦੇ ਕੋਲ ਆਹ ਚੀਜ਼ ਹੋਵੇ ਫੈਸਲ ਕੋਲ ਆਹ ਲੈ ਦੇਵਾਂ ਇਹਨੂੰ ਆਹ ਲੈ ਦੇਵਾਂ ਯਾਰ ਮੈਂ ਅੱਛਾ ਹੁਣ ਸੁਣ ਲਓ ਗੱਲ ਉਹਦਾ ਕੋਈ ਇਸ਼ੂ ਨਹੀਂ ਹੈਗਾ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ ਮੈਨੂੰ ਡਰ ਕੀ ਹੁੰਦਾ ਹੈ ਪ੍ਰੋਬਲਮ ਕੀ ਹੁੰਦੀ ਹੈ ਤੁਸੀਂ ਇਹ ਨਹੀਂ ਸਮਝਣਾ ਕਿ ਵੀ ਮੈਂ ਤੁਹਾਨੂੰ ਕਹਿ ਰਿਹਾ ਮੈਂ ਇੱਕ ਜਨਰਲ ਗੱਲ ਕਰ ਰਿਹਾ ਕਿ ਤੁਸੀਂ ਇਹਨਾਂ ਇਤਫਾਕ ਕਰੋਗੇ 2-4-5-10 ਦਫ਼ਾ ਇਸ ਤਰ੍ਹਾਂ ਹੋਇਆ ਕਿ ਮੈਂ ਕਿਸੇ ਬੰਦੇ ਨਾਲ ਗੱਲ ਕਰਦਾ ਅਤੇ 2-3 ਦਿਨ ਗੱਲ ਕੀਤੀ ਉਹਨਾਂ ਨੇ ਕੋਈ ਚੀਜ਼ ਭੇਜ ਦਿੱਤੀ ਆਪਣੇ ਪਿਆਰ ਮੁਹੱਬਤ ਨਾਲ ਰੋਕਣ ਦੇ ਬਾਵਜੂਦ ਨਹੀਂ ਜਾਨੀ ਭਾਈ ਮੈਂ ਆ ਰਿਹਾ ਮੈਨੂੰ ਦੱਸੋ ਮੈਂ ਕੀ ਲੈ ਕੇ ਆਵਾਂ ਤੁਸੀਂ ਪਰਫਿਊਮ ਦੇ ਸ਼ੁਕੀ ਉਹ ਬੰਦਾ ਕੋਈ ਬਹੁਤ ਬਹੁਤ ਮਹਿੰਗੀ ਮਤਲਬ 1-2 ਲੱਖ ਰੁਪਏ 3 ਲੱਖ ਰੁਪਏ ਵਾਲੀ ਚੀਜ਼ ਵੀ ਇੱਕ ਮਿਸਾਲ ਆ ਉਸ ਤੋਂ ਬਾਅਦ ਕੀ ਹੁੰਦਾ ਪ੍ਰੋਬਲਮ ਜਿਹੜੀ ਮੈਂ ਦੇਖੀ ਅਕਸਰ ਬਹੁਤ ਘੱਟ ਰੇਸ਼ੋ ਉਹਦੀ ਲੇਕਿਨ ਉਹ ਇੱਕ ਬੰਦਾ ਵੀ ਅਗਰ ਉਦਾਂ ਦਾ ਲੱਭ ਜਾਏ ਨਾ ਸਾਨੂੰ ਤੇ ਉਹ ਸਾਡੀ ਆਤਮਾ ਸ਼ਾਂਤ ਹੋ ਜਾਂਦੀ ਹੈ ਓਕੇ ਕਰ ਦਿੰਦਾ ਸਾਨੂੰ ਇੱਕੋ ਹੀ ਬੰਦਾ ਕਿ ਉਹ ਹੁੰਦਾ ਹੈ ਕਿ ਉਹਨਾਂ ਦੇ ਕੁਛ ਬਹੁਤ ਘੱਟ ਰੇਸ਼ੋ ਆ ਉਹਨਾਂ ਦਾ ਇਹ ਹੁੰਦਾ ਹੈ ਕਿ ਵੀ ਮੈਂ ਅਗਰ ਪੈਸੇ ਖਰਚੇ ਨੇ ਨਾ ਤੇ ਹੁਣ ਮੈਂ ਜਦੋਂ ਕਵਾਂ ਇਹ ਮੇਰੀ ਗੱਲ ਕਰਨ ਮੇਰੇ ਨਾਲ ਹੁਣ ਮੈਂ ਜਦੋਂ ਚਾਹਵਾਂ ਇਹ ਫੋਨ ਚੁੱਕਣ ਹੁਣ ਮੈਂ ਜਦੋਂ ਚਾਹਵਾਂ ਇਹ ਮੇਰੇ ਇੱਕ ਮਤਹਿਤ ਟੈਪ ਹੋ ਜਾਣ ਮੈਂ ਜਦੋਂ ਕਵਾਂ ਮੇਰੇ ਬੱਚਿਆਂ ਨਾਲ ਗੱਲ ਕਰੋ ਉਦੋਂ ਗੱਲ ਕਰਨ ਔਰ ਅਗਰ ਤੁਸੀਂ ਨਹੀਂ ਕਰਦੇ ਤੇ ਉਹ ਤੁਹਾਨੂੰ ਉਹ ਜਿਹੜੀ ਚੀਜ਼ ਆ ਨਾ ਉਹ ਤੁਹਾਡੇ ਅੱਗੇ ਆ ਜਾਂਦੀ ਠੀਕ ਹੈ ਨਾ ਉਹ ਅੱਗੇ ਰੱਖ ਦਿੰਦੇ ਨੇ ਕਿ ਯਾਰ ਅਸੀਂ ਐਂ ਤੇ ਐਂ ਬਹੁਤ ਘੱਟ ਰੇਸ਼ੋ ਆ ਲੇਕਿਨ ਮੈਂ ਇਹ ਨਹੀਂ ਕਿ ਤੁਸੀਂ ਸਾਰਿਆਂ ਨੇ ਨਹੀਂ ਸਮਝਣਾ ਵਿੱਚ ਵਿੱਚ ਹੁੰਦੇ ਨੇ ਬੰਦੇ ਉਸ ਚੀਜ਼ ਤੋਂ ਮੈਨੂੰ ਬੜਾ ਡਰ ਲੱਗਦਾ
खुदा ना खासता खुदा ना खासता तुम एक चीज़ भेज देंगे दे मैनू इनू अपनी मुहब्बत ना कोई उन्नी की हो जाती असी तुहाडा एक एक करैक्टर की मैं दो चार पाँच दिन पहले भी गल की है पैसे वालों वो फिर जिताते ने कोई वीडियो बना के पै दिन चार बंद कह दिन मैं इन्होंने इन्ने पैसे लाते इदा तो इदा इदा सर वो यकीन करो कि दो तीन चार बार इदा का मौका आया कि तुम सोच नहीं सकते कि आलम हों यार बंद का कि तुम एक मतलब पाँह लख रुपये की चीज़ यार पाँ लख रुपये की चीज़ आ मन लिया पाँ लख रुपये की चीज़ आए तो तुम उस तो बाद कहो जी कि हूँ साढ़े नाल मतलब जिदा पहले गल करता उदरों बहुत ही करे असी हूँ इनू आईफोन लैता असी हूँ इनू गड्डी लैती है हाँ जी फरीद भाई अगो फरीद भाई कह रहे नहीं या कोई कह रहा कि भैन मैं बिजी हाँ फॉरन कुछ करैक्टर फॉरन लो जी हाँ जी असी की किया तो अगों बिजी हो गए ने आर्टिस्ट बन गए ने चीज़ लैके साढ़े को तो उस तो बाद की होंगे कभी खुदा ना खासता ज्यादा तलखी हो जाए कोई मसला बन जाए तो अगला बंदा जो कह दे लो जी फरीद ने फैसल ने या फलाने या जानी ने मेरे को आ चीज़ ली सी ठीक है ना कितने कह दे तो वह ले भी आ जैनवन भावें मैं नहीं मंगी कुछ नहीं किया धक्के ना दिती है प्यार मुहब्बत ना दिती है तो उजरफ जरा ना वो बहुत घट रेशो आ यानी कह लो कि लख चो पांच बंदे होंगे लेकिन सर वो पांच कि तकलीफ देंगे होने हिसाब लाओ जरा कि तकलीफ देंगे होने हूँ मैं आया तो मैंने फरीद ने कहा उस्ताद जी मेरे एक दोस्त ने वो मैंने कोई चीज़ देना चाह रहे हैं तो मैं उन्होंने बहुत रोक रहा बहुत कुछ किया कहते नहीं यार मैं भेजनी मैं यही गल कही मैं क्या फरीद मुहब्बत कोई नहीं रौला गिफ्ट तुम दे रहा कोई रौला नहीं ठीक है ना नीयत नहीं गंदी होनी चाहिए कि मैं लवान ये नहीं होना चाहिए लेकिन यह है कि अगर कोई तुम नहीं चाह रहे एक बंदा दे रहा ठीक है लेकिन फरीद साहब कल कोई गलबात हो जाती कोई वाधा घाटा हो जाता उन्हें एक वीडियो एक मिसाल बनाई कहा देखो जी आ फरीद के हाथ जो फोन है मैं लैके दिता ठीक है जी या तेनों ही कह दे या मेरे तक पता लग जाए मैं तो मर जाना सुन के मैं कहना फरीद साहब वापस भेजो जल्दी वो कि चीज़ तुम्हें चंकी लगेगी कि जिन्हें ये गलबात आ लिहाजा ए मसला वा मैं सारे उन्होंने दोस्तों जो सा अटैच ने इन्हों के नाल ने कई मेरे नाल नहीं है फरीद के नाल ने ये नाल ने ये नाल ने कोई मेरे नाल ने इन्हों नहीं है सारे मेरे तो खैर मैनू तो मेरे तो मतलब कुछ दो चार पाँच ऐसे दोस्त ने इन्ने प्यार वाले जी ने तो मैनू उन्हों तो एक परसेंट भी कोई इदा का रौला नहीं है कोई गलबात नहीं है लेकिन एक अननोन बंदा जिस तरह तलक बनया नवा नवा कोई गलबात तो प्लीज़ इस इंच रखना कि तुसी गिफ्ट भेजो लेकिन गिफ्ट के नाल वो सिर्फ गिफ्ट हो प्यार मुहब्बत वाला तो उस तो बाद हो सकता असी ना गल कर सकी उस तो बाद हो सकता असी बिजी हो उस तो बाद असी लेकिन गिफ्ट का साढ़े तलक के नाल कोई अटैचमेंट नहीं होनी चाहिए बिल्कुल ठीक गिफ्ट का असर साड़ी आप प्यार मुहब्बत नहीं होना चाहिए कि कित भी कोई मसला आए तो गिफ्ट वे आ जाए ऐसा नहीं होना चाहिए तो फरीद साहब एक दोस्त ने इन्होंने गिफ्ट भेजे इन्होंने मैंने दसिया सारा कुछ मैं क्या ओके ठीक है फरीद साहब उन्होंने भेज दिता फरीद साहब को मिल गया फरीद साहब ने मैंने दिखाया फिर इन्होंने मैं क्या यार फरीद है इन्हें क्या जी मैं उन्होंने कहा और जिन्होंने भेजे उन्होंने पता है मैं उन्होंने मुखातब हाँ कि सर एक तो ता बहुत शुक्रिया बहुत मेहरबानी ताकि मुहब्बत है तुम अपनी मतलब यकीन इन्हें क्या होगा कि मैं नहीं लैना या नहीं पैन तुम अपनी मुहब्बत ना भेजे तो लेकिन यह चीज़ दिन रखनी है कि मुहब्बत करके ना तो कोई चीज़ उस मुहब्बत के ना ना ऐड हो बस ऐ जरा मेहरबानी रखना दूसरी गल सख्ती तो मैं इस चीज़ का बहुत ध्यान रखदा कि यार कितने कोई ऐसी चीज़ को गलबात ना हो ठीक है जी तो थोड़ियां मुहब्बत का बहुत शुक्रिया असं अंदर बैठे भी आ कोई घंटा पे लेना यह बारे जी सारी तुम बहुत डिस्कस होंगे साढ़े नाल थोड़ी 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 देर बाद असं तुम डिस्कस करते हैं कि यार किस तरह के लोग ने असी सा किस तरह सू अला पा कि प्यार दे जा रहा मैं यकीन करो दुबई शो किया अपलोड होएगा थोड़ी देर तक कि यार मैं तुम दसा कि शो हो नादरीन तो अंदर थोड़ी जी जगह 30-40-50 बंद अंदर जगह बहर कम अज़ कम 100 बंदा खड़ा होना अंदर जगह है नहीं सी 150-200-300 टेबल बुकिंग उन्होंने डिनाई किया खत्म किया कि नहीं जी साढ़े को जगह नहीं की क्योंकि रेस्टोरेंट छोटा जहा मैं हिसाब लाया यार अच्छा हूँ उस तो बाद मैं उतरिया गड्डी चो गड्डी चो उतर के वो तुसी वीडियो भी देख लेना यार इन्ना प्यार नादरीन इन्ना प्यार कि मैं सिर्फ ना इंज मैं खड़ा वा मैं तुम दसा मैं जितों मैं हैरान हो गया कि यार कि एक बंदे ने ना मैनू नहीं पता रश के ना उन्हें इंज हाथ फड़िया तो वो कितने इतने खड़ा से उन्हें इंज करके ना इंज मेरा हाथ फड़ के तो इंज कर लिया हूँ उन्हें हाथ मेरा इंज कर लिया बह मेरी इतने तक शर्ट से नंगी सी उन्हें इतों मेरे हाथ चूमया दो तीन बार चूमया जेडे इधर खड़े से ना उन्होंने इतों चूमना शुरू करता तिना चौ जने
ਓਏ ਯਾਰ ਮੈਂ ਕਿਹਾ ਯਾਰ ਇਹ ਕੀ ਕਿਹੜਾ ਲੈਵਲ ਆ ਮੁਹੱਬਤ ਦਾ ਪਿਆਰ ਦਾ ਕੀ ਬਾਤ ਜੱਫੀਆਂ ਪਾਈਆਂ ਮੈਨੂੰ ਫੜਨ ਮੈਨੂੰ ਇੰਜ ਲੱਗੇ ਜਿਸ ਤਰ੍ਹਾਂ ਨਾ ਇਹਨਾਂ ਦਾ ਵਸ ਨਹੀਂ ਚੱਲਦਾ ਮੈਨੂੰ ਲੁਕੋ ਕੇ ਨਾ ਕੋਈ ਬੰਦਾ ਹਰ ਬੰਦੇ ਦਾ ਸੀ ਕਿ ਯਾਰ ਸਾਡੇ ਨਾਲ ਇਹ ਕਹਿੰਦੇ ਅਸੀਂ ਇਹਨੂੰ ਖਾ ਜਾਈਏ ਇਸ ਬੰਦੇ ਨੂੰ ਇੰਨੀ ਮੁਹੱਬਤ ਇੰਨੀ ਮੁਹੱਬਤ ਔਰ ਮੈਂ ਅੰਦਰ ਗਿਆ ਮੈਂ ਤੁਹਾਨੂੰ ਮਜ਼ੇ ਦੀ ਗੱਲ ਦੱਸਾਂ ਦੋ ਮੇਰੇ ਨਾਲ ਦੋ ਵਾਰੀ ਇਹ ਵਾਕਿਆ ਹੋਇਆ ਮੇਰੇ ਨਾਲ ਦੇਖਣ 'ਚ ਜਿਹੜਾ ਮੈਂ ਦੇਖਿਆ ਤੇ ਮੇਰਾ ਦਿਲ ਜਿਹੜਾ ਨਾ ਫਟ ਗਿਆ ਕਿ ਯਾਰ ਇਹਦੇ ਇਹ ਪਹਿਲੇ ਇਹ ਜਿਹੜਾ ਵਾਕਿਆ ਕਿ ਮੈਂ ਅੰਦਰ ਚਲਾ ਗਿਆ ਉਹਨਾਂ ਨੇ ਦਰਵਾਜ਼ੇ ਲੌਕ ਕਰਤੇ ਹੁਣ ਉਹ 70-80 ਬੰਦੇ ਬਾਹਰ ਖੜੇ ਨੇ ਸ਼ੀਸ਼ਿਆਂ 'ਚ ਮੈਂ ਨਜ਼ਰ ਆ ਰਹੇ ਨੇ ਅੰਦਰ ਕਿਉਂਕਿ ਟੇਬਲ ਬੁੱਕ ਸੀ ਅਤੇ ਅੰਦਰਲੇ ਲੋਕ ਆਉਣਾ ਅਤੇ ਹੁਣ ਮੇਰੇ ਨਾਲ ਗੱਲਬਾਤ ਕਰ ਰਹੇ ਨੇ ਉਹ ਵਿਚਾਰੇ ਨਾ ਸ਼ੀਸ਼ੇ ਦੇ ਵਿੱਚ ਉਹਨਾਂ ਇੰਝ ਵੇਖ ਰਹੇ ਨੇ ਖੁਦਾ ਦੀ ਕਸਮੇ ਨਾਦਰੀਨ ਉੱਥੇ ਦੇ ਬੰਦੇ ਗਵਾਹ ਨੇ ਜਿੰਨੇ ਉਸ ਅੰਦਰ ਸੀ ਜਿਨ੍ਹਾਂ ਨੂੰ ਮੈਂ ਗੱਲ ਕਹੀ ਮੈਂ ਕਿਹਾ ਯਾਰ ਮੇਰੇ ਕੋਲ ਬਰਦਾਸ਼ਤ ਨਹੀਂ ਹੋ ਰਿਹਾ ਕਿ ਉਹ ਇੱਦਾਂ ਖੜੇ ਨੇ ਮੇਰੇ ਲਈ ਅਤੇ ਮੈਂ ਐਡਾ ਵੱਡਾ ਕੋਈ ਮਤਲਬ ਐਡਾ ਵੱਡਾ ਮੈਂ ਸੈਲੈਬ੍ਰਿਟੀ ਹਾਂ ਕਿ ਉਹ ਮੇਰੇ ਨਾਲ ਇੱਦਾਂ ਖੜੇ ਨੇ ਮੈਂ ਉਹਨਾਂ ਨੂੰ ਮੈਂ ਕਿਹਾ ਮੈਨੂੰ ਸਿਰਫ ਥੋੜ੍ਹੀ ਦੇਰ ਦੇ ਦਿਓ ਮੈਂ ਦੁਬਾਰਾ ਅੰਦਰ ਆਉਣਾ ਫਿਰ ਮੈਂ ਬਾਹਰ ਗਿਆ ਫਿਰ ਮੈਂ ਬਾਹਰ ਜਾ ਕੇ ਉਹਨਾਂ ਦੇ ਵਿੱਚ ਰਲ ਗਿਆ ਰਲ ਕੇ ਉਹਨਾਂ ਨਾਲ ਪਿਆਰ ਮੁਹੱਬਤ ਸਾਰਾ ਕੀਤਾ ਲੇਕਿਨ ਫਿਰ ਮਜਬੂਰੀ ਸੀ ਕਿੰਨੀ ਕੁ ਦੇਰ ਉਹ ਤਾਂ ਉਹਨਾਂ ਦਾ ਰਾਜ ਹੀ ਨਹੀਂ ਸੀ ਹੋ ਰਿਹਾ ਅਤੇ ਲੇਕਿਨ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਮੇਰੀ ਜਾਨ ਹੋ ਪਿਆਰ ਹੋ ਜੇ ਮੈਂ ਤੁਹਾਡੀ ਖਾਤਰ ਆਇਆ ਬਾਹਰ ਸਾਰਾ ਕੁਝ ਕੜੇ ਮੈਂ ਅੰਦਰ ਆ ਗਿਆ ਦੁਬਾਰਾ ਉਹ ਉੱਥੇ ਹੀ ਨੇ ਫਿਰ 2 ਘੰਟੇ ਮੈਂ ਅੰਦਰ ਸ਼ੋਅ ਕੀਤਾ 2 ਘੰਟੇ ਉਹ ਸ਼ੀਸ਼ੇ ਨਾਲ ਲੱਗੇ ਰਹੇ ਉਸ ਤੋਂ ਬਾਅਦ ਪੁਲਿਸ ਉੱਥੇ ਨਾ ਮਤਲਬ ਸ਼ਿਕਾਇਤਾਂ ਕਰਦੀਆਂ ਕਿਸੇ ਨੇ ਕਿ ਯਾਰ ਬਾਹਰ ਨਹੀਂ ਨਾ ਉੱਥੇ ਇਜਾਜ਼ਤ ਹੈਗੀ ਨਾ ਕਰਾਊਡ ਇਕੱਠਾ ਕਰਨਾ ਉਹਨਾਂ ਨੂੰ ਫੋਨ ਆਇਆ ਪੁਲਿਸ ਦਾ ਕਿ ਯਾਰ ਖਤਮ ਕਰੋ ਉਹ ਨਹੀਂ ਜਾ ਰਹੇ ਦੂਜਾ ਫੋਨ ਆਇਆ ਤੀਜੀ ਵਾਰੀ ਉਹਨੇ ਕਿਹਾ ਮੈਂ ਆਪ ਆ ਰਿਹਾ ਪੁਲਿਸ ਵਾਲਿਆਂ ਨੇ ਕਿਹਾ ਉਹਨਾਂ ਨੇ ਕਿਹਾ ਯਾਰ ਜੇ ਤੁਸੀਂ ਆ ਗਏ ਨਾ ਤਾਂ ਕਿਉਂਕਿ ਕੋਈ ਪਰਮਿਟ ਨਹੀਂ ਹੈਗਾ ਸਾਡੇ ਕੋਲ ਕਿ ਐਜ਼ ਏ ਆਰਟਿਸਟ ਸ਼ੋਅ ਕਰਨੇ ਤੁਹਾਨੂੰ ਕੋਈ ਮਸਲਾ ਨਾ ਬਣ ਜਾਏ ਉਹਨਾਂ ਨੇ ਮੈਨੂੰ ਪਿਛਲੇ ਦਰਵਾਜ਼ੇ ਤਾਂ ਨਹੀਂ ਕੱਢ ਕੇ ਨਾ ਉੱਪਰ ਇੱਕ ਘਰ ਦੇ ਵਿੱਚ ਲੈ ਇੱਕ ਉਹ 'ਚ ਅਪਾਰਟਮੈਂਟ 'ਚ ਲੈ ਗਏ ਉੱਥੇ ਵੀ ਅਸੀਂ 1.5-2 ਘੰਟੇ ਬੈਠੇ ਰਹੇ 8-9 ਵਜੇ ਤੋਂ ਲੈ ਕੇ 12-12:30 1 ਵਜੇ ਉਸ ਅਪਾਰਟਮੈਂਟ 'ਚ ਜਦੋਂ ਮੈਂ ਥੱਲੇ ਆਇਆ ਨਾ ਤਾਂ ਫਿਰ ਲੋਕ ਉੱਥੇ ਖੜੇ ਸੀ ਮਾਲਕ ਨਜ਼ਰੇ ਬਤ ਭਾਈ ਜਾਨ ਇੱਕ ਮੈਨੂੰ ਇਹ ਵੇਖ ਕੇ ਮੈਨੂੰ ਮੇਰਾ ਦਿਲ ਪਾਟਾ ਕਿ ਨਹੀਂ ਯਾਰ ਮੈਂ ਮਤਲਬ ਮੈਂ ਐਡਾ ਵੀ ਨਹੀਂ ਗਾ ਕਿ ਉਹ ਮੈਂ ਉਹ ਮੇਰੇ ਨਜ਼ਰਾਂ ਉਹਨਾਂ ਦੀਆਂ ਨਜ਼ਰਾਂ ਅੱਖਾਂ ਇੰਨਾ ਪਿਆਰ ਇੰਨੀ ਚਾਹਤ ਉਹਨਾਂ ਦੀ ਕਿ ਮੈਂ ਉਹ ਮੈਂ ਫੀਲ ਕਰ ਰਿਹਾ ਸਾਂ ਸ਼ੀਸ਼ੇ ਦੇ ਅੰਦਰ ਔਰ ਐਪ ਜਿਹੜੀ ਮੈਂ ਗੱਲ ਕਹਿ ਰਿਹਾ ਬਹੁਤ ਲੋਕ ਸ਼ੋਅ ਵੇਖਣਗੇ ਔਰ ਕਹਿਣਗੇ ਕਿ ਵਾਕਈ ਇਸ ਤਰ੍ਹਾਂ ਹੋਇਆ ਕਿ ਮੈਂ ਅੰਦਰ ਆ ਕੇ 15 ਮਿੰਟ ਬਾਅਦ ਮੈਂ ਦੇਖਿਆ ਮੈਂ ਫਿਰ ਬਾਹਰ ਚਲਾ ਗਿਆ ਫਿਰ 15 ਮਿੰਟ 1.5 ਘੰਟਾ ਬਾਹਰ ਸਾਰਿਆਂ ਨਾਲ ਜੱਫੀਆਂ ਪਾ ਕੇ ਮਿਲ ਕੇ ਫਿਰ ਮੈਂ ਦੁਬਾਰਾ ਅੰਦਰ ਆਇਆ ਤਸਵੀਰਾਂ ਖਿੱਚ ਕੇ ਸਾਰਾ ਠੀਕ ਹੈ ਜੀ ਅੱਛਾ ਦੂਸਰਾ ਮੈਂ ਤੁਹਾਨੂੰ ਵਾਕਿਆ ਦੱਸਦਾ ਇੱਦਾਂ ਦਾ ਜੀ ਲਾਹੌਰ ਨਾ ਦੁਨੀਆ ਨਿਊਜ਼ ਜਿੱਥੇ ਦਫ਼ਤਰ ਹਨ ਉਹਦੇ ਸਾਹਮਣੇ ਇੱਕ ਥੀਏਟਰ ਆ ਥੀਏਟਰ ਦੇ ਨਾਲ 2-4 ਦੁਕਾਨਾਂ ਛੱਡ ਕੇ ਨਾ ਅਤੇ ਸੈਲਾਨੀ ਆ ਸੈਲਾਨੀ ਕਿ ਲਸਾਨੀ ਵਾਲਾ ਫਰੀ ਸੈਲਾਨੀ ਸੈਲਾਨੀ ਵਾਲੇ ਉਹ ਉਹਨਾਂ ਦੇ ਬਾਹਰ ਨਾ ਸੜਕ ਦੇ ਦਰਮਿਆਨ 'ਚ ਜਿਹੜਾ ਹੁੰਦਾ ਗ੍ਰੀਨ ਬੈਲਟ ਐਪ ਉਹ ਆ ਯਾਨੀ ਡਬਲ ਰੋਡ ਆ ਛੋਟਾ ਜਿਹਾ ਰੋਡ ਆ ਅਤੇ ਇੱਕ ਸਾਈਡ 'ਤੇ ਸੈਲਾਨੀ ਵਾਲੇ ਨੇ ਹੁਣ ਸੈਲਾਨੀ ਵਾਲੇ ਦੇ ਅੰਦਰ 30-35-40 ਬੰਦੇ ਬੈਠੇ ਨੇ ਬਾਕੀ ਬਾਹਰ ਨਾ ਜਿਨ੍ਹਾਂ ਦੀ ਬਾਅਦ 'ਚ ਵਾਰੀ ਆਉਣੀ ਆ ਉਹ ਉਸ ਫੁੱਟਪਾਥ 'ਤੇ ਇੰਝ ਕਰਕੇ ਨਾ ਇੰਝ ਕਰਕੇ ਬੈਠੇ ਨੇ ਸੈਲਾਨੀ ਦੇ ਸਾਹਮਣੇ ਅਤੇ ਇੰਝ ਲੈਣ ਉਹ ਲਕਸ਼ਮੀ ਚੌਂਕ ਤੱਕ ਲੱਗੀ ਜਿਨ੍ਹਾਂ ਨੇ ਮਤਲਬ ਉਹ 10-15 ਨੇ ਖਾ ਲਈ ਉਹ ਬਾਹਰ ਗਏ ਅੱਗੋਂ 10-15 ਆ ਗਏ ਹੁਣ ਸੈਲਾਨੀ ਦੇ ਬਿਲਕੁਲ ਨਾਲ ਇੱਕ ਹੋਟਲ ਆ ਬਹੁਤ ਵੱਡਾ ਉਸ ਹੋਟਲ ਦੇ ਅੱਗੇ ਵੀ ਉਹ ਲੋਕ ਬੈਠੇ ਨੇ ਯਾਨੀ ਲੋਕ ਲਾਈਨ ਬਣਾ ਕੇ ਬੈਠੇ ਨੇ ਮੈਂ ਇੱਕ ਬੰਦਾ ਵੇਖਿਆ ਉਹਨਾਂ ਦੇ ਵਿੱਚ ਖਲੋ ਕੇ ਯਾਰ ਉਹਨੇ ਜਾਣਾ ਇੱਧਰ ਆ ਸੈਲਾਨੀ ਦੇ ਲੇਕਿਨ ਉਹ ਕਿਉਂਕਿ ਲੈਣ ਲੱਗੀ ਤਾਂ ਉਹ ਜਿੱਥੇ ਬੈਠਾ ਨਾ ਉਹਦੇ ਸਾਹਮਣੇ ਵੱਡਾ ਹੋਟਲ ਉੱਥੇ ਇੰਝ ਹੋਟਲ ਵੱਲ ਵੇਖ ਰਿਹਾ ਉਸ ਹੋਟਲ ਵੱਲ ਅਤੇ ਮੈਂ ਉਸ ਬੰਦੇ ਵੱਲ ਮੇਰੀ ਨਜ਼ਰ ਪਈ 2-3-4 ਬੰਦੇ ਵੇਖ ਰਹੇ ਸੀ ਕਿਉਂਕਿ ਉਹਦੇ ਸਾਹਮਣੇ ਜੀ ਸੀ ਤਾਂ ਉੱਧਰ ਹੀ ਵੇਖਣਾ ਲੇਕਿਨ ਇੱਕ ਮੈਂ ਬੰਦਾ ਦੇਖਿਆ ਕਿ ਉਹ ਇੰਝ ਇੱਡੀ ਕੁ ਹਸਰਤ ਮੈਂ ਦੇਖ ਰਿਹਾ ਉਸ ਹੋਟਲ ਵੱਲ ਅੱਛਾ ਹੁਣ ਉੱਥੇ ਵੀ ਖਾਣਾ ਵਾ ਉੱਥੇ ਵੀ ਖਾਣਾ ਇਸ ਜ਼ਰਾ ਜਿਹਨ 'ਚ ਰੱਖਣਾ ਉੱਥੇ ਵੀ ਖਾਣਾ ਉੱਧਰ ਵੀ ਖਾਣਾ ਭੁੱਖ ਵੀ ਲੱਗੀ ਆ ਪੈਸੇ ਹੈ ਨਹੀਂ ਫੁੱਟਪਾਥ 'ਤੇ ਬੈਠਾ ਅਤੇ ਬੈਠਾ ਉਸ ਹੋਟਲ ਦੇ ਸਾਹਮਣੇ ਉੱਥੇ ਕੋਈ ਪਰਾਡੋ 'ਚ ਆ ਰਹੀ ਹੈ ਬੱਚੇ ਉੱਤਰ ਅੰਦਰ ਜਾ ਰਹੇ ਨੂੰ ਵੇਖ ਰਿਹਾ ਉੱਥੇ ਕੋਈ ਕਾਰ ਜਾ ਰਹੀ ਬੱਚੇ ਉੱਤਰ ਅੰਦਰ ਜਾ ਰਿਹਾ ਲੇਕਿਨ ਉਹਨੂੰ ਪਤਾ ਕਿ ਮੈਂ ਇੱਥੇ ਨਹੀਂ ਖਾਣਾ ਮੈਂ ਉਹ ਸੈਲਾਨੀ 'ਤੇ ਖਾਣਾ ਥੋੜ੍ਹੀ ਦੇਰ ਬਾਅਦ ਉਹ ਇੰਝ ਅੱਗੇ ਹੋਏਗਾ ਫਿਰ ਸੈਲਾਨੀ ਅੰਦਰ ਯਾਰ ਉਹ ਜਿਹੜੀ ਉਸ ਬੰਦੇ ਦੀ ਵੇਖਣੀ ਸੀ ਨਾ ਓਏ ਹੋਏ ਉਹ ਮੈਨੂੰ ਨਹੀਂ ਭੁੱਲੀ ਅੱਜ ਤੱਕ ਜਿਹੜਾ ਜਿਸ ਹਸਰਤ ਨਾਲ ਉਸ ਹੋਟਲ ਨੂੰ ਵੇਖ ਰਿਹਾ ਸੀ ਅਤੇ ਲੈਣ ਲੱਗੀ ਹੈ ਅਤੇ ਮੈਂ ਕਹਿ ਰਿਹਾ ਯਾਰ ਕੀ ਕੁਦਰਤ ਆ ਕਿ ਵੀ ਇਨਸਾਨ ਨੇ ਭੁੱਖੇ ਨੇ ਇਹਨਾਂ ਨੇ ਉੱਥੇ ਸੈਲਾਨੀ 'ਤੇ ਖਾਣਾ ਉਹਦੇ ਸਾਹਮਣੇ ਗੱਡੀਆਂ ਅੰਦਰ ਜਾ ਰਹੀਆਂ ਨੇ ਵੱਡੀਆਂ 2-3 ਗੱਡੀਆਂ ਗਈਆਂ ਉੱਥੋਂ ਬੱਚੇ ਉੱਤਰ ਕੇ ਉਸ ਹੋਟਲ 'ਚ ਜਾ ਰਹੇ ਨੇ ਯਾਰ ਉਹਦਾ ਕੀ ਸਰਕਲ ਆ ਉਹਦਾ ਕੀ ਨਿਜ਼ਾਮ ਆ ਉਸ ਜ਼ਾਤ ਦਾ ਠੀਕ ਹੈ ਨਾ ਅਤੇ ਬਸ ਉਹ ਫਰੀਦ ਸਾਹਿਬ ਨੂੰ ਜਿਹੜਾ ਗਿਫਟ ਭੇਜਿਆ ਜਿਹਨਾਂ ਨੇ ਉਹਨਾਂ ਦਾ ਬਹੁਤ ਸ਼ੁਕਰੀਆ ਮੁਹੱਬਤ ਆ ਗਿਫਟ ਨੋ ਇਸ਼ੂ ਗਿਫਟ ਭੇਜੋ ਮੈਂ ਤੁਹਾਨੂੰ ਦੱਸਾਂ ਕੱਲ੍ਹ ਮੈਂ ਦੁਬਈ ਇੱਕ ਬੰਦੇ ਨੂੰ ਕਹਿ ਰਿਹਾ ਸਾਂ ਕਿ ਸਾਡੇ ਅਜੇ ਮੁਸਲਿਮ ਸਾਡੇ ਆਕਾ ਨੇ ਸੱਲ ਸਲਮ ਉਹਨਾਂ ਨੇ ਫਰਮਾਇਆ ਕਿ ਜਦੋਂ ਤੁਹਾਨੂੰ ਕੋਈ ਦਾਵਤ ਦੇਵੇ ਨਾ ਤਾਂ ਉਹਨੂੰ ਠੁਕਰਾਓ ਨਾ ਇਹ ਵੀ ਸੋਚ ਕੇ ਨਾ ਠੁਕਰਾਓ ਕਿ ਯਾਰ ਇਹ ਮਾੜਾ ਬੰਦਾ ਵਾ ਅਤੇ ਇਹਦੇ ਕੋਲ ਨਹੀਂ ਕੀਤੀ ਜਾਣੀ ਅਤੇ ਮੈਂ ਨਾ ਕਰ ਦੇਵਾਂ ਉਹਦਾ ਫਾਇਦਾ ਨਾ ਸੋਚੋ
ਤੁਹਾਡੇ ਉਸ ਘਰ ਜਾਣ ਨਾਲ ਪਤਾ ਨਹੀਂ ਅੱਲਾ ਨੇ ਉਹਨੂੰ ਕਿੰਨੀ ਬਰਕਤ ਦੇਣੀ। ਉਹ ਤੁਹਾਡੇ ਅੱਗੇ ਪਾਣੀ ਰੱਖ ਦੇਵੇ ਨਾ, ਉਸ ਖਜੂਰ ਰੱਖ ਦੇਵੇ, ਇੱਕ ਇੱਕ ਨਾ ਰੱਖੇ, ਕੁਛ ਰੱਖ ਦੇਵੇ, ਭੁੱਜੇ ਛੋਲੇ ਰੱਖ ਦੇਵੇ, ਦਾਵਤ ਨਾ ਠੁਕਰਾਓ, ਉਹਦੀ ਦਾਵਤ ਨਾ ਠੁਕਰਾਓ। ਤੁਸੀਂ ਅਗਰ ਇਹ ਸੋਚੋਗੇ ਨਾ ਯਾਰ ਇਹਦੇ ਤਾਂ ਘਰ ਖਾਣ ਨੂੰ ਇੰਨੀ ਵਿਚਾਰੇ ਨੂੰ, ਇਹਦੇ ਅੱਗੇ ਭੁੱਖਾ ਅਤੇ ਇਹਨੇ ਦਸਾਂ ਬੰਦੇ ਨੂੰ ਦਾਵਤ ਕਹਿਤੀ ਅਤੇ ਕੀ ਬਣੇਗਾ, ਤੁਸੀਂ ਆਪਣੇ ਵੱਲੋਂ ਦਾ ਫਾਇਦਾ ਸੋਚ ਰਹੇ। ਪਰ ਅੱਲਾ ਦਾ ਨਬੀ ਫਰਮਾ ਰਿਹਾ ਕਿ ਨਹੀਂ, ਅੱਲਾ ਕਹਿ ਰਿਹਾ ਕਿ ਨਹੀਂ ਤੁਸੀਂ ਜਾਓ ਉਹਦੇ ਘਰ, ਕਿਉਂਕਿ ਜਦੋਂ ਤੁਸੀਂ ਘਰ ਜਾਣਾ ਉਹਨੇ ਇੱਕ ਇੱਕ ਖਜੂਰ ਰੱਖਣੀ। ਬਹੁਤ ਸਾਰੇ ਐਸੇ ਵਾਕਿਆਤ ਨੇ ਕਿ ਇੱਕ ਇੱਕ ਖਜੂਰ ਰੱਖ ਦਿੱਤੀ ਹੈ ਉਹਦੀ ਇਸ ਮਹਿਮਾਨ ਨੂੰ, ਅਸੀਂ ਨਾ ਅੱਲਾ ਨੇ ਉਹਨੂੰ ਜਿੰਨੀ ਬਰਕਤ ਦੇਣੀ ਹੈ ਉਹ ਦਿਲ ਕਰੇ ਤੁਸੀਂ ਉਹਦਾ, ਮਤਲਬ ਇੱਕ ਇੱਕ ਮਿਸਾਲ ਅੱਜ ਦੇ ਦੌਰ 'ਚ ਤੁਸੀਂ ਉਹਦਾ 2000 ਦਾ ਫਾਇਦਾ ਸੋਚ ਰਹੇ ਹੋ, 4 ਦਾ ਸੋਚ ਰਹੇ ਹੋ ਕਿ ਅਸੀਂ 4 ਜਣੇ ਜਾਵਾਂਗੇ ਤਾਂ 5000 ਰੁਪਇਆ ਲੱਗ ਜਾਏਗਾ, ਤੁਸੀਂ 5 ਦਾ ਸੋਚ ਰਹੇ ਹੋ, ਦਿਲ ਕਰੇ ਉਹਨੂੰ ਅੱਲਾ ਨੇ 50 ਲੱਖ ਰੁਪਇਆ ਦੇਣਾ ਹੋਵੇ ਤੁਹਾਡੀ ਇਸ ਉਹਦੇ ਮਹਿਮਾਨ ਨੂੰ ਆਜ਼ੀ ਤੋਂ ਬਾਅਦ, ਤੁਸੀਂ ਉਹਦਾ ਉਹ ਰੋਕ ਰਹੇ ਹੋ। ਲਿਹਾਜ਼ਾ ਮਹਿਮਾਨ ਕੋਈ ਵੀ ਦਾਵਤ ਦੇਵੇ ਨਾ ਉਹਦੀ ਦਾਵਤ ਠੁਕਰਾਓ ਨਾ, ਲਾਜ਼ਮੀ ਜਾਓ, ਠੀਕ ਹੈ ਜੀ। ਅੱਛਾ ਦੂਸਰਾ ਇਸ ਤਰ੍ਹਾਂ ਹੀ ਕੋਈ ਗਿਫਟ ਕੋ ਬੰਦਾ ਦੇ ਰਿਹਾ ਤਾਂ ਨੋ ਪ੍ਰੋਬਲਮ, ਆਪਣੀ ਖੁਸ਼ੀ ਨਾਲ ਅਗਰ ਗਿਫਟ ਦੇ ਰਿਹਾ ਠੀਕ ਹੈ ਦੇ ਦੇਵੇ, ਠੀਕ ਹੈ। ਲੇਕਿਨ ਇਹ ਜ਼ਿਹਨ 'ਚ ਰੱਖਣਾ ਕਿ ਜਦੋਂ ਉਹ ਗਿਫਟ ਜਿਹੜਾ ਨਾ ਸਾਡੇ ਤਲਕ ਦੇ ਵਿੱਚ ਉਹਦਾ ਭਾਵੇਂ 1 ਕਰੋੜ ਰੁਪਏ ਦਾ ਅਤੇ ਭਾਵੇਂ 1 ਰੁਪਏ ਦਾ, ਸਾਡੇ ਰਿਲੇਸ਼ਨਸ਼ਿਪ ਚੰਗਾ ਰਹੇ, ਮਾੜਾ ਰਹੇ, ਲੜਾਈ ਹੋ ਜਾਵੇ, ਬੋਲ ਬਲਈਆ ਹੋ ਜਾਵੇ, ਜੋ ਮਰਜ਼ੀ ਹੋ ਜਾਵੇ, ਉਹ ਗਿਫਟ ਕਦੀ ਵਿੱਚ ਨਹੀਂ ਆਉਣਾ ਚਾਹੀਦਾ, ਠੀਕ ਹੈ ਨਾ। ਅਤੇ ਅਗਰ ਤਾਂ ਕਿਸੇ ਦੇ ਵੀ ਜ਼ਿਹਨ 'ਚ ਇਹ ਹੈ ਕਿ ਗਿਫਟ ਦੇਣ ਤੋਂ ਬਾਅਦ ਅਸੀਂ ਥੋੜ੍ਹਾ ਜਿਹਾ ਮਤਲਬ ਇਹ ਕਰ ਲਾਂਗੇ ਕਿ ਜਦੋਂ ਚਾਹੀਏ ਉਦੋਂ ਗੱਲਬਾਤ, ਜਦੋਂ ਮਾਲਕ ਟੈਪ ਯਾਨੀ ਥੱਲੇ ਇਹਨੂੰ ਲਾ ਲਈਏ, ਅਤੇ ਉਹ ਕਤਨ ਕੋਈ 1 ਰੁਪਈਏ ਦੀ ਚੀਜ਼ ਬਿਨਾਂ ਉਹ ਬੰਦਾ ਭੇਜੇ, ਬਿਲਕੁਲ ਨਹੀਂ। ਜਿਹਨੇ ਗਿਫਟ ਦੇਣਾ ਤੁਹਾਡਾ ਦਿਲ ਕਰਦਾ, ਅਗਰ ਇਹ ਤੁਹਾਨੂੰ ਆਪ ਕਦੀ ਜ਼ਿੰਦਗੀ 'ਚ ਕਹਿਣ, ਤੁਸੀਂ ਇੱਕ ਮੈਸੇਜ ਸਿਰਫ ਮੈਨੂੰ ਭੇਜਣਾ ਕਿ ਇਹ ਜੀ ਫੈਸਲ ਜਾਂ ਫਰੀਦ ਜਾਂ ਇਹਨਾਂ ਨੇ ਇਹ ਸਾਡੇ ਕੋਲ ਮੰਗਿਆ ਵਾ, ਤੁਸੀਂ ਉਹ ਮੈਸੇਜ ਜਾਂ ਈਮੇਲ ਮੈਨੂੰ ਭੇਜਣੀ ਆ, ਅੱਗੋਂ ਮੈਂ ਜਾਣਾ ਲਾਈਵ ਅਤੇ ਫਿਰ ਤੁਸੀਂ ਵੇਖਣਾ ਕਿ ਹੁੰਦਾ ਕੀ। ਕਦੀ ਵੀ ਨਹੀਂ ਹੋਏਗਾ, ਨਹੀਂ ਮੈਂ ਗੱਲ ਕਰ ਰਿਹਾ ਨਾ, ਲੇਕਿਨ ਇਨਸ਼ਾਅੱਲਾ ਤਾਲਾ ਇੱਧਰੋਂ ਕਦੀ ਇਹ ਪ੍ਰੋਬਲਮ ਨਹੀਂ ਹੋਏਗੀ। ਲੇਕਿਨ ਤੁਸੀਂ ਅਗਰ ਮੁਹੱਬਤ ਕਰਨੀ ਹੈ ਠੀਕ ਆ, ਤੁਹਾਨੂੰ ਅੱਲਾ ਨੇ ਬਹੁਤ ਕੁਛ ਦਿੱਤਾ, ਅੱਲਾ ਤੁਹਾਨੂੰ ਹੋਰ ਬਹੁਤ ਦੇਵੇਗਾ, ਲੇਕਿਨ ਇਹ ਨਹੀਂ ਜ਼ਿਹਨ 'ਚ ਰੱਖਣਾ ਕਿ ਗਿਫਟ ਦੇਣ ਤੋਂ ਬਾਅਦ ਤਲਕ ਦੀ ਮਜ਼ਬੂਤੀ ਇਸ ਗਿਫਟ ਦੀ ਵਜ੍ਹਾ ਤੋਂ ਹੋਏਗੀ। ਹਾਂ ਮੁਹੱਬਤ ਹੋਏਗੀ, ਮਜ਼ਬੂਤੀ ਤਾਂ ਹੋਏਗੀ ਜ਼ਾਹਰੀ ਬਾਤ, ਜਾਂ ਤਲਕ ਦੀ ਬੇਸ ਇਹ ਗਿਫਟ ਬਣ ਗਿਆ ਕਿ ਹੁਣ ਮੈਂ ਅੱਗੇ ਜੇ ਨਹੀਂ ਸੀ ਕਹਿੰਦਾ ਜਾਂ ਇਹ ਨਹੀਂ ਸੀ ਅੱਗੇ ਕਹਿੰਦਾ ਫੋਨ ਸੁਣਦਾ ਤੇ ਮੈਂ ਕਹਿੰਦਾ ਸੀ ਚਲੋ ਉਹਦੀ ਮਰਜ਼ੀ, ਲੇਕਿਨ ਹੁਣ ਅਗਰ ਨਹੀਂ ਸੁਣ ਰਿਹਾ ਤੇ ਮੈਂ ਗਿਫਟ ਦਿੱਤਾ ਵਾ, ਮੈਂ ਇਹਨਾਂ ਦਿੱਤਾ ਤੇ ਹੁਣ ਨਹੀਂ ਸੁਣ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਬਾਕੀ ਅੱਲਾ ਪਾਕ ਸਾਡੇ ਤਲੁਕ ਇਸ ਤਰ੍ਹਾਂ ਹੀ ਰੱਖੇ ਔਰ ਰਹੇਗਾ ਇਨਸ਼ਾਅੱਲਾ ਤਾਲਾ, ਇੰਨਾ ਗਹਿਰਾ ਤਲਕ ਸਾਡਾ ਹੋ ਗਿਆ ਸ਼ਾਇਦ ਹੀ ਕਿਸੇ ਆਰਟਿਸਟ ਦਾ ਆਪਣੀ ਆਡੀਅੰਸ ਦੇ ਨਾਲ ਇੰਨਾ ਗਹਿਰਾ ਤਲਕ ਹੋਵੇ। ਬਿਲਕੁਲ ਇਸ ਤਰ੍ਹਾਂ ਹੀ ਯਕੀਨ ਕਰੋ ਕਿ ਮੈਂ ਉੱਥੇ ਗਿਆ ਤੇ ਮੈਨੂੰ ਮਾਮੂ ਚਾਚੂ, ਮੈਂ ਕਿਹਾ ਮਾਮੂ ਆ ਗਏ, ਅੱਛਾ ਇੱਕ ਫੈਮਿਲੀ ਬੈਠੀ ਹੈ ਮਾਮੂ ਜਾਂ ਮਾਮੂ ਕਾ ਸ਼ੋਅ ਦੇਖਦੀ, ਯਾਰ ਇੰਨੀ ਖੁਸ਼ੀ ਹੁੰਦੀ ਹੈ ਯਾਰ ਕਿ ਮਾਮੂ ਲਫ਼ਜ਼ ਮਤਲਬ ਕਿੱਦਾਂ ਚਾਚੂ ਮਾਮੂ ਤਾਊ, ਇਹ ਬੱਚਿਆਂ ਨੂੰ ਲੋਕ ਮਾਂ ਪਿਓ ਬੱਚਿਆਂ ਨੂੰ ਕਹਿ ਰਹੇ ਨੇ ਕਿ ਮਾਮੂ ਆ ਗਏ ਤੁਹਾਰੇ, ਚਾਚੂ ਆ ਗਏ ਤੁਹਾਰੇ, ਤੇ ਯਾਰ ਇਹ ਬੜੀ ਕਰਨ ਵਾਜ਼ੀ ਹੈ ਤੇ ਦਿਲ ਕਰਦਾ ਗਿਫਟ ਦੇਣ ਨੂੰ, ਤੇ ਤੁਸੀਂ ਦਿਓ ਕੋਈ ਇਸ਼ੂ ਨਹੀਂ, ਲੇਕਿਨ ਜੋ ਮੈਂ ਕਿਹਾ ਉਹਨੂੰ ਮੱਦੇ ਨਜ਼ਰ ਰੱਖ। ਤੇ ਉਸਤਾਦ ਜੀ ਤੁਹਾਨੂੰ ਵੇਖ ਕੇ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਕਿ ਅੰਕਲ ਜਾਂ ਛੋਟਾ ਭਾਈ ਹੈਗਾ, ਮਾਮੂ ਚਾਚੂ ਇਹ ਹੀ ਬਣਦਾ, ਮਾਮੂ ਅੰਮੀ ਦਾ ਭਰਾ ਹੁੰਦਾ, ਉਮਰ ਦਾ ਕੋਈ ਉੱਚ ਚੱਕਰ ਨਹੀਂ ਹੁੰਦਾ। ਨਹੀਂ ਤਾਂ ਤੁਹਾਡਾ, ਮੇਰੀ ਗੱਲ ਸੁਣ ਲਾ, ਤੂੰ ਜੋ ਕਹਿ ਰਿਹਾ ਮਾਮੂ ਅੰਮੀ ਦਾ ਭਰਾ ਮਾਮੂ ਹੁੰਦਾ, ਬਹੁਤ ਆ ਹੁਣ ਤੇ ਕੰਮ ਘੱਟ ਗਿਆ, ਅੱਜ ਤੋਂ 100 ਸਾਲ ਪਹਿਲੇ ਭਤੀਜਾ ਵੱਡਾ ਹੁੰਦਾ ਸੀ ਚਾਚਾ ਛੋਟਾ ਹੁੰਦਾ ਸੀ। ਉਹ ਯਾਰ ਜਾਣ ਦਿੰਦਾ, ਅੱਜ ਵੀ ਕਈ ਬੰਦੇ ਹੋਣੇ ਨੇ ਥੱਲੇ ਕਮੈਂਟਸ ਕਰੋ ਜਿਨ੍ਹਾਂ ਦੇ ਚਾਚੇ ਵੱਡੇ ਨੇ ਛੋਟੇ ਨੇ, ਜਿਨ੍ਹਾਂ ਦੇ ਮਾਮੇ ਛੋਟੇ ਨੇ, ਤੂੰ ਥੱਲੇ ਕਮੈਂਟ ਪੜ੍ਹਨੇ ਕਿੰਨੇ ਲੋਕ ਹੋਣੇ, ਮਾਮੂ ਛੋਟੇ ਆ ਭਾਂਜੇ ਵੱਡੇ ਆ, ਮੇਰਾ ਚਾਚਾ ਮੇਰੇ ਤੋਂ ਛੋਟਾ ਵਾ, ਨਹੀਂ ਸਹੀ ਦੱਸ, ਤੇਰਾ ਤੇਰਾ ਤਾਂ ਦਾਦਾ ਵੀ ਤੇਰੇ ਤੋਂ ਛੋਟਾ ਸੀ। ਠੀਕ ਆ ਜੀ ਨਾਜ਼ਰੀਨ, ਤੇ ਬਸ ਇਹ ਗੱਲ ਸੀ, ਬਾਕੀ ਇੱਕ ਦੋ ਹੋਰ ਗੱਲਾਂ ਫਿਰ ਮੈਂ ਅਗਲੇ ਸ਼ੋਅ 'ਚ ਕਰਾਂਗਾ। ਕੱਲ੍ਹ ਤੁਹਾਡਾ ਫਿਰ ਮੁਲਾਕਾਤ ਹੋਏਗੀ, ਔਰ ਇੱਕ ਮੇਰੀ ਰਿਕੁਐਸਟ ਸੁਣ ਲਓ ਯਾਰ, ਮੈਨੂੰ ਬਹੁਤ ਸਹੀ ਨਹੀਂ ਲੱਗਾ ਮੈਨੂੰ ਤੁਹਾਡਾ ਗਿਲਾ ਵਾ, ਮੇਰੀ ਮੈਂ ਤੁਹਾਨੂੰ ਕਿਹਾ ਸੀ ਕਿ ਮੇਰੀ ਵਾਲਦਾ ਮੇਰੀ ਇੱਕ ਮਾਂ ਬਹੁਤ ਪਿਆਰੀ ਲਾਹੌਰ ਦੇ ਵਿੱਚ ਕੁਕਿੰਗ ਬਹੁਤ ਅੱਛੀ ਕਰਦੇ ਨੇ, ਉਹਨਾਂ ਨੇ ਇੱਕ ਚੈਨਲ ਸੀ ਅਤੇ ਤੁਹਾਨੂੰ ਮੈਂ ਕਿਹਾ ਸੀ ਕਿ ਉਹ ਚੈਨਲ ਨਾ ਸਬਸਕ੍ਰਾਈਬ ਕਰੋ, ਲੇਕਿਨ ਉਹ ਅੱਗੇ ਵੀ ਉਹਨਾਂ ਦੇ 200-300 ਸੀ, ਹੁਣ ਵੀ 600-700, ਮੈਂ ਬੜਾ ਮੈਂ ਕਿਹਾ ਨਹੀਂ ਮਾਂ ਜੀ ਇਹ ਨਹੀਂ ਹੋ ਸਕਦਾ, ਇਹ ਤਾਂ ਉਹ ਮੇਰੀ ਮਾਂ ਵਾ ਤੁਹਾਡੀ ਵੀ ਮਾਂ ਵਾ ਔਰ ਬਹੁਤ ਅੱਛੀ ਕੁਕਿੰਗ ਕਰਦੇ ਨੇ, ਉਹਨਾਂ ਦਾ ਚੈਨਲ ਸਬਸਕ੍ਰਾਈਬ ਕਰੋ ਹੁਣ, ਥੱਲੇ ਇੱਥੇ ਹੀ ਵੀਡੀਓ ਛੱਡ ਕੇ ਨਾ ਅਤੇ ਥੱਲੇ ਦੇਖੋ ਉਹਨਾਂ ਦਾ ਚੈਨਲ ਦਾ ਮੈਂ ਲਿੰਕ ਪਾਉਂਦਾ ਅਤੇ ਉਹ ਤੁਸੀਂ ਸਬਸਕ੍ਰਾਈਬ ਕਰਨਾ। ਦੂਸਰਾ ਲਿੰਕ ਸਾਡੇ ਉਸਤਾਦ ਜਵੇਦ ਸਾਹਿਬ ਜਿਹੜੇ ਨੇ ਇੱਥੇ, ਜਿਹੜੇ ਸਾਰੇ ਜਿਹਨਾਂ ਦੀ ਅਸੀਂ ਸ਼ੁਗਰ ਮੇਲਾ ਲਾਈਦਾ, ਉਹਨਾਂ ਦੀ ਬੇਟੀ ਆ, ਸਾਡੀ ਵੀ ਬੇਟੀ ਆ, ਉਹ ਬਹੁਤ ਮਿਹਨਤ ਕਰ ਰਹੀ ਹੈ, ਇੱਕ ਤਲੀਮੀ ਉਹਨੇ ਇੱਕ ਚੈਨਲ ਬਣਾਇਆ ਜਿੱਥੇ ਉਹ ਬੱਚੇ ਜਿਹਨਾਂ ਨੂੰ ਕੋਈ ਸਬਕ ਨਹੀਂ ਸਮਝ ਲੱਗਦੀ, ਜਿਹਨਾਂ ਨੂੰ ਆਰਟ ਦੀ ਸਮਝ ਲੱਗਦੀ, ਉਹ ਸਾਰਾ ਕੁਝ ਉੱਤੇ ਉਹ ਮੇਰੀ ਬੇਟੀ ਦੱਸਦੀ ਹੈ। ਉਹਦਾ ਚੈਨਲ ਵੀ ਵਾਚ ਟਾਈਮ ਉਹਦਾ ਹੋ ਗਿਆ ਕਾਫੀ, 1200 ਮਿੰਟ ਰਹਿ ਗਏ, ਉਹ ਵੀ ਦੇਖੋ, ਉਹਦਾ ਵਾਚ ਟਾਈਮ ਪੂਰਾ ਕਰਾਓ। ਅਤੇ ਉਹ ਹਿਬਾ ਆਰਟ ਐਂਡ ਕਰਾਫਟ ਇਹ ਉਹਨਾਂ ਦੇ ਚੈਨਲ ਦਾ ਨਾਮ, ਉਹਦਾ ਵੀ ਮੈਂ ਲਿੰਕ ਦੇ ਦਾਂਗਾ, ਹਿਬਾ ਆਰਟ
वो तुसी चैनल देखना अपने बच्चों को कहो देखो उन्हों का वाच टाइम पूरा करो। तो दूसरा वो जी मेरी माँ जी ठीक है जी लाहौर दे विच उन्हों का लाजमी सबसक्राइब करो उन्हों का वाच टाइम उन्हों का भी सबसक्राइब पूरा करो। तो वो मेरी माँ वा तो मैं उन्होंने कहा माँ जी अगे भी तुहाडे पुत्र ने सारे तो उन्हें मैंने कहा कुछ नहीं लेकिन मैं क्योंकि टैक्निकल जानना मैं यार मैं क्या भी सी फिर 650 सबसक्राइब ने हाले तक तो वो हो सकता लिंक ना सी दिता हो नज़र ना पई हो लेकिन स्पैशल है दो चैनलों तुसी इन्हों लाजमी देखो वाच टाइम भी पूरा करो अपने बच्चों भी दसो कि उस चैनल पर दूसरे पर और खाना पकाना जिहड़ा वह मैं तुम जैनवन कह रहा कि तुम वो मेरी माँ का तुम हाथ का खाना देखो कहना बनाते दे सारा मैं किसी घर जावगा ना मैं उन्होंने वीडियो भी बना दाँगा तो सुभान अल्लाह बहुत अच्छा जी। एक किताब जी मैं जी एहतराम शगिर्द जी किताब जी वो प्रोग्राम मैं दोबारा करना जो इन्होंने किया एहतराम शगिर्द अलग अलग प्रोग्राम पूरा सोचा तू कि समझना मैं दुबई मतलब गा सा ना तो ना 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 बेटा वो मैं तेन दसागा तू जो जो क्या मैं सारा लिखिया ठीक है जी। तो अपना बहुत ख्याल रखना लव यू थैंक यू हसते मुस्कुराते रहो सारिया टेंशन अपन मैं दे दौ सू दे दौ तो खुश रहा करो बस ठीक है जी। लव यू ओके लव यू थैंक यू।